ਬਲੰਗਾ ਚਲੋ ਜੇ ਤੁਹਾਨੂੰ ਹਯਾ ਨਹੀਂ ਤੇ ਸਾਨੂੰ ਕੀ ਐ ਆ ਜਾ ਇਹ ਹਯਾ ਮੈਂ ਇੱਥੇ ਮੈਂ ਕੇ ਸਰਤਾਜ ਕੋਲ ਚੁੱਕ ਲਵਾਂ ਕਿ ਨਹੀਂ 5 ਮਿੰਟ ਖਲੋ ਜਾ ਕਮਰਾ ਲੈਨੇ ਆ ਇਸੇ ਕੰਮ ਹੀ ਆਇਆ ਬਾਉ ਚਲਣ ਜੀ ਉਹ ਮੈਂ ਕਹਿੰਦੀ ਸਲਾਮ ਅਲੈਕਮ ਵਾਲੇਕਮ ਅਸਲਾਮ ਇਹ ਆਪਣਾ ਉਹ ਹੋਟਲ ਹੈ ਨਾ ਜਿੱਥੇ ਕੁੰਡ ਚੁੱਕੀ ਦਾ ਆਹੋ ਛੇਤੀ ਨਾਲ ਮੈਨੂੰ ਕਮਰਾ ਦੇ ਦਿਓ ਮੈਂ ਕੁੰਡ ਚੁੱਕਣਾ ਇਹ ਕੌਣ ਲੈ ਇਹ ਕੌਣ ਬੁੱਢੀ ਮੇਰੀ ਹੋਰ ਕੌਣ ਬੁੱਢੀ ਹੈ ਤੇਰੀ ਲੈ ਤੇ ਮੈਂ ਕੀ ਲੈਲਾ ਲਈ ਫਿਰਨਾ ਆ ਬੁੱਢੀ ਆ ਮੇਰੀ ਭਾਈ 3 ਦਿਨ ਹੋ ਗਏ ਵਿਆਹ ਨੂੰ ਇਹ ਇਹਦਾ ਕੁੰਡ ਨਹੀਂ ਚੁੱਕਿਆ 3 ਦਿਨ ਹੋ ਗਏ ਤੇ ਵੀ ਆਪਾਂ ਉਹਦੀ ਜਿੱਦ ਸੀ ਵੀ ਉੱਥੇ ਹੀ ਖੋਲਣਾ ਜਾ ਕੇ ਕੌਂਡੋ ਕੀ ਜਾਂਦੇ ਆ ਸ਼ਹਿਰ ਜਿੰਨੇ ਕਿਤੇ ਵੇਖਿਆ ਹੋਣਾ ਨਾ ਉਹ ਕੀ ਕਰੀਦਾ ਇੱਥੇ ਹੋਟਲਾਂ 'ਚ ਹਨੀਮੂਨ ਆ ਹਨੀਮੂਨ ਲਓ ਜੀ ਮੈਨੂੰ ਮੂਨ ਦਾ ਹੜ ਆਇਆ ਅਜੇ ਆ ਮੇਰਾ ਨਾ ਖੰਗਾਓ ਤੇ ਛੇਤੀ ਨਾਲ ਕਮਰਾ ਦੇ ਦਿਓ ਕਮਰਾ ਦੇ ਦਿਓ ਆ ਕੋਈ ਦੱਸਦਾ ਜੀ ਪ੍ਰੋਬਲਮ ਤੇ ਨਹੀਂ ਲੈ ਪ੍ਰੋਬਲਮ ਤੁਹਾਨੂੰ ਪਤਾ ਹੀ ਵੀ ਸ਼ਹਿਰ ਆ ਉਹਦੇ ਇੱਥੇ 500 ਇੰਨੇ ਲੋਕ ਹੀ ਹੁੰਦੇ ਆ ਇੱਕ ਮੈਨੂੰ ਮਿਲਿਆ ਅੱਲਾ ਮਾਫੀ ਰਾਜ ਮੈਂ ਲਾਰੀ ਤੋਂ ਲੱਥਾ ਹੀ ਆ ਇੱਕ ਮੁੰਡਾ ਕੀ ਕਹਿੰਦਾ ਭਾਈ ਢੋਲ ਵਜਾ ਜਾ ਮੈਂ ਕਿਹਾ ਬੱਲੇ ਉਹ ਤੇਰੇ ਹੁਣ ਸੜਕ ਦੇ ਹੀ ਮੈਨੂੰ ਪੜਿਆ ਥਾ ਗਿਆ ਮੈਨੂੰ ਰਾਹ 'ਚ ਇੱਕ ਬੰਦਾ ਆਉਂਦਾ ਜੀ ਉਹ ਹੋਟਲ ਚਲਾ ਜਾ ਫਲਾਣੇ ਚਲਾ ਜਾ ਉਹ ਕਿਹੜਾ ਹੋਟਲ ਸੀ ਹੈ ਵਾਰੀ ਵਾਰੀ ਹੋਟਲ ਕਿਹੜਾ ਆ ਵਾਰੀ ਲੈ ਮੈਨੂੰ ਕਹਿੰਦਾ ਉੱਥੇ ਚਲਾ ਜਾ ਮੈਂ ਕਿਹਾ ਦਫਾ ਕਰਾ ਵਾਰੀ ਵਾਰੀ ਹੋਟਲ ਉੱਥੇ ਮੇਰੀ ਵਾਰੀ ਨਾ ਆਏ ਆਹੋ ਜੀ ਅਗਲੇ ਮੈਨੂੰ ਕਵੇ ਕਿਸਾਨ ਨੂੰ ਲਿਆ ਉੱਥੇ ਲੈਣ 'ਚ ਲੱਗ ਕੇ ਸੁਣਿਆ ਸੌਦਾ ਮਿਲਦਾ ਇੱਕ ਕਹਿੰਦਾ ਉਹ ਨਵਾਂ ਹੋਟਲ ਖੁੱਲਿਆ ਹੌਲੀ ਹੌਲੀ ਡੈਂਡ ਨੂੰ ਹੌਲੀ ਡੇ ਆ ਹੌਲੀ ਹੌਲੀ ਮੈਂ ਕਿਹਾ ਲਾਲਤ ਪਏ ਜਿਹੜਾ ਪਾਬੰਦੀਆਂ ਦਾ ਹੋਟਲ ਅਸੀਂ ਪੇਂਡੂ ਬੰਦਿਆਂ ਮੈਂ ਕਿਹਾ ਉਹ ਸਾਡੇ ਹੋਦੜ ਮਚਾਉਣੀ ਉੱਥੇ ਮੈਨੂੰ ਮੇਰੇ ਭਾਈਏ ਨੇ ਦੱਸਿਆ ਸੀ ਤੁਹਾਡੇ ਹੋਟਲ ਦੀ ਨਿਸ਼ਾਨੀ ਮੈਂ ਸਿੱਧਾ ਆਪੜ ਗਿਆ ਅੱਛਾ ਹਾਂਜੀ ਉਹਨੇ ਮੈਨੂੰ ਆਖਿਆ ਜੀ ਲਾਰੀ ਡਿਓ ਲਾ ਕੇ ਖੱਪਿਆ ਧੋ ਕੇ ਸਾਹਮਣੇ ਆ ਲਾਲ ਬੱਤੀ ਵਾਲਾ ਹੋਟਲ ਅੰਦਰ ਬੜੇਗਾ ਤੇ ਇੱਕ ਬਗੈਰ ਜਿਹਾ ਭਾਈ ਬੈਠਾ ਹੋਏਗਾ ਅੱਛਾ ਅੱਛਾ ਉਹ ਮੇਰਾ ਮੁਲਾਜ਼ਮ ਅੱਛਾ ਉਹਨੇ ਕਿਹਾ ਸੀ 3-4 ਨੇ ਹੁਣ ਪਤਾ ਨਹੀਂ ਨਹੀਂ ਮੈਂ 7-8 ਮੁਲਾਜ਼ਮ ਰੱਖਿਆ ਅੱਛਾ ਅੱਛਾ ਤੇ ਤੁਸੀਂ ਘੁੰਡ ਚੋਂ ਘੋਟਲ ਆਪ ਖੋਲਿਆ ਹਾਂ ਆਪੇ ਹੀ ਖੋਲਿਆ ਉਹ ਬੱਲੇ ਇਹ ਤੁਸੀਂ ਸ਼ੁਰੂ ਤੋਂ ਬਗੈਰ ਤੋਂ ਜਾਂ ਹੁਣ ਆਪ ਕੋਈ 5-6 ਦਿਨ ਹੋ ਗਏ ਅੱਛਾ ਬਾਅਦ ਚ ਰਾਤਾ ਬਣਿਆ ਨਾ ਕੀ ਤੇਰਾ ਹਾਂਜੀ ਨਾ ਸਦਕੇ ਜਾਵਾਂ ਨਾ ਉੱਥੇ ਮੌਲਵੀ ਨੂੰ ਵੀ ਲਹਾਇਆ ਹੁਣ ਤੁਹਾਨੂੰ ਵੀ ਲਹਾਈਏ ਸਦਕੇ ਉਤੇਰੇ ਉਹਦਾ ਮੈਂ ਤਾਂ ਕੁੰਡ ਨਹੀਂ ਚੁੱਕਿਆ ਇੱਕ ਹੋਰ ਪੱਲੇ ਪਾਉਣੀ ਜੇ ਮੇਰੇ ਨਹੀਂ ਨਿਕਾਹ ਨਾਮਾ ਹੈ ਤੇਰੇ ਕੋਲ ਨਹੀਂ ਨਿਕਾਹ ਨਾਮਾ ਕੋਈ ਨਹੀਂ ਉਹ 300 ਘੱਟ ਸੀ ਮੌਲਵੀ ਕੋਲ ਹੀ ਰਹਿ ਗਿਆ ਉਹ ਮੈਂ ਕਿਹਾ ਇਹਦਾ ਕੀ ਫੇਰ ਲੈ ਲਾਂਗੇ ਜਿੱਥੇ ਚੱਲੇ ਹਾਂ ਉੱਥੇ ਨਾਲ ਪੈਸੇ ਥੁੜ ਜਾਣ ਅੱਛਾ ਨਾ ਦੱਸ ਕੀ ਇਹ ਨਾ ਦੱਸਣਾ ਜ਼ਰੂਰੀ ਬਾਊ ਬਹੁਤ ਜ਼ਰੂਰੀ ਅੱਛਾ ਤੇ ਲਿਖ ਲਓ ਫਿਰ ਲਿਖਾ ਕੀ ਲਿਖਿਆ ਕੀ ਲਿਖਾਏਗਾ ਤੇ ਲਿਖਾਂਗਾ ਨਾ ਅੱਛਾ ਮੈਂ ਲਿਖਾਉਣਾ ਤੇ ਤੂੰ ਪੜਿਆ ਲਿਖਿਆ ਕੋਈ ਨਹੀਂ ਪੜਿਆ ਲਿਖਿਆ ਮੈਂ ਕਾਹਦਾ ਪੜਿਆ ਲਿਖਿਆ ਲਿਖਿਆ ਲਿਖ ਤੇ ਲਿਖ ਗੱਲ ਸਮਝ ਮੈਂ ਲਿਖ ਦਿੱਤਾ ਸਮਝ ਲਿਖ ਲੈਂਦਾ ਤੇ ਇਹ ਚਾਬੀ ਅੰਦਰ ਜਾਈਏ ਗੱਲ ਮੁੱਕੀ ਯਾਰ ਨਾ ਲਿਖਾ ਬਾਕੀ ਤੁਸੀਂ ਸ਼ੁਰੂ ਤੋਂ ਬਗੈਰ ਯਾਰ ਮੈਂ ਜਮਾਨਤ ਨੂੰ ਬਗੈਰ ਤਾਂ ਹੁਣ ਤਾਂ ਨਹੀਂ ਨਹੀਂ ਤੁਸੀਂ ਨਾਮ ਵੀ ਦੱਸੋ ਤਾਂ ਮੂੰਹ ਤੋਂ ਪਤਾ ਲੱਗ ਰਿਹਾ ਫਿਰ ਕਿਉਂ ਪੁੱਛਣ ਦੇ ਨਹੀਂ ਫਿਰ ਵੀ ਮੈਂ ਕਿਹਾ ਮੈਂ ਸ਼ੱਕ ਕਰਨ ਲਈ ਮਨਾ ਮੈਂ ਆਵੇ ਸਮਝਦਾ ਰਹਾ ਮੈਂ ਕਿ ਸਰਤਾਜ ਕੋਲ ਚੁੱਕ ਲੈ ਕੇ ਨਹੀਂ ਉਹ ਚੁੱਕ ਲੈਨੇ ਆ ਚੁੱਕ ਲੈਨੇ ਢੀ ਕਾਲੀ ਤੂੰ ਸਾਰੇ ਰਾਹ ਵੀ ਇਹੋ ਰੌਲਾ ਪਾਈ ਰੱਖਿਆ 3 ਲੜਾਈਆਂ ਕਰਾਈਆਂ ਤੂੰ ਰਾਹ ਚ ਮੇਰੀਆਂ ਇਹ ਆਂਦੀ ਕੌਣ ਚੁੱਕ ਲਾ 6 ਬੰਦੇ ਤਿਆਰ ਹੋ ਜਾਂਦੇ ਲਾਂਦੀ ਟਾਂਗਿਆਂ ਨਾਲ ਤੇ ਛੰਡਾ ਮਾਰ ਕੇ ਹਾਥੀ ਪਾ ਲਿਆ ਤੂੰ ਅੱਛਾ ਅੱਲਾ ਮਾਫੀ ਜਦੋਂ ਮੈਂ ਕੁੰਡ ਚੁੱਕਿਆ ਨੂੰ ਮੁੜ ਕੇ ਕਦੀ ਨਹੀਂ ਕਹਿਣਾ ਕੁੰਡ ਚੁੱਕ ਲਾਂਗੇ ਨਾ ਬੇਬੂਏ ਅਸੀਂ ਪੇਂਡੂ ਬੰਦੇ ਆ ਜੀ ਅਸੀਂ ਤੇ ਅੱਲਾ ਮਾਫੀ ਤੋਬਾ ਮੇਰੀ ਅਸੀਂ ਤੇ ਜਨਾਨੀ ਕੋਲੋਂ ਕੰਮ ਕਰਾ ਕੇ ਉਹਦੀ ਮੱਤ ਮਾਰ ਦਿੰਦੇ ਹਾਂ ਸੁੱਤੀ ਨੂੰ ਹੋਸ਼ ਨਹੀਂ ਹੁੰਦੀ ਕੱਟਾ ਹੀ ਮੂੰਹ ਚੱਟਣ ਡਿਆ ਉਹਨੇ ਕਹੀ ਜਾਂਦੀ ਕਾਲੇ ਦੇ ਆਪਾਂ ਨਾ ਨਾ ਉਹ ਤਾਂ ਸਵੇਰੇ ਪਤਾ ਲੱਗਦਾ ਕਾਲੇ ਦਾ ਬਸ ਪਰਸੋਂ ਦਾ ਤਰੀਕ ਤੇ ਗਿਆ ਤੂੰ ਲਿਖ ਗਿਆ ਤੂੰ ਵੇਲਾ ਖੰਜਾਉਣ ਡਿਆ ਕੀ ਹੈ ਕੀ ਆ ਨਾ ਅੱਛਾ ਲਿਖ ਲਾ ਇਹ ਲਿਖ ਅਬਦਲ ਗੋਲ ਗੱਪਮ ਮਹਾ ਲਿਖ ਪਿਓ ਦਾ ਤੇ ਲਿਖ ਮੈਂ ਦੇ ਨਾਂ ਦੀ ਕੋਈ ਲੋ ਪਿੰਡ ਪਰਚੇ ਚੋਂ ਨਿਕਲ ਗਿਆ ਮੁੰਸ਼ੀ ਕੋਲੋਂ ਲਿਖੇ ਨਹੀਂ ਗਿਆ ਕਹਿੰਦਾ ਚੱਲ ਦੌੜਾ ਓਏ ਅਬਦਲ ਲਿਖਿਆ ਕਰੀ ਅੱਗੇ ਗੋਲ ਧਾਰਾ ਪਾਓ ਆ ਵਿੱਚ ਇੱਕ ਨੁਕਤਾ ਪਾਓ ਇੱਕ ਪੰਮਮ ਹੋ ਗਿਆ ਵੱਲ ਹਾਂਜੀ ਵੱਲ ਵੱਲ ਰੋਲ ਤੋਂ ਫੋਲ ਰੋਲ
ਮੈਨੂੰ ਦੁੱਖ ਬੋਲ ਦੋ। ਆ ਪਤਾ ਸਦਕੇ ਤੇਰੇ ਤੁਸੀਂ ਪਿੰਡ ਵੱਲ ਭਾਲ ਖਲੇਦੇ ਹੋ ਯਾਰ। ਮੈਂ ਤੈਨੂੰ ਪਤਾ ਦਿਖਾ ਦਿਆਂ ਮੈਂ ਇੱਥੇ ਆਇਆ ਪਿੱਛੇ ਤੂੰ ਚੋਰੀ ਕਰ ਲੈ ਜਾ ਕੇ। ਨਹੀਂ ਪਤਾ ਬਹੁਤ ਜ਼ਰੂਰੀ ਹੈ। ਏਡਾ ਜ਼ਰੂਰੀ ਕਿਹੜੀ ਗੱਲ ਪਿੰਡ? ਪਤਾ ਜ਼ਰੂਰੀ ਹੁੰਦਾ ਹੈ ਤਾਂ ਕਿ ਕੋਈ ਵਾਰਦਾਤ ਹੋ ਜਾਂਦੀ ਹੈ ਨਾ ਪਤਾ ਲੱਗ ਜਾਂਦਾ। ਅੱਛਾ ਚੱਲ ਲਿਖ ਲੈ ਫਿਰ। ਤੇ ਭਾਈ ਫਿਰ ਵੇਖਿਆ ਤੂੰ? ਹਾਂ ਵੇਖਿਆ। ਸਿੱਧਾ ਹੀ ਪਤਾ ਫਿਰ ਕਿ ਇੱਥੋਂ ਭਾਈ ਫਿਰ ਵਾਲੀ ਲਾਰੀ ਦੇ ਪਿਆ ਤੇ ਉੱਥੇ ਭਾਈ ਵੀ ਵੇਖਿਆ ਜਿਹੜਾ ਫਿਰਦਾ ਉੱਥੇ। ਵੇਖਿਆ ਹੋਣਾ ਤੂੰ ਬਜ਼ਾਰਾਂ 'ਚ ਆ ਬੰਦਾ ਤੂੰ ਨਹੀਂ ਭਾਈ ਫਿਰ ਕਹਿਣਾ ਉੱਥੋਂ ਤੂੰ ਲਾਰੀ ਤੋਂ ਲੈ ਕੇ ਤੇ ਟਾਂਗੇ 'ਤੇ ਬਹਿ ਜਾਈ। ਉਹ ਟਾਂਗਾ ਜਿੱਥੇ ਲਾਵੇ ਨਾ ਉੱਥੋਂ ਵੱਡੋ ਵੱਡ ਹੋ ਜਾਈ। ਦੋ ਕਮੀਨ 'ਚ ਆ ਕੇ ਅੱਗੇ ਝੋਨਾ ਲੱਗਾ ਜੇ ਝੋਨੇ ਨੂੰ ਪਾਣੀ ਲੱਗਾ ਹੋਵੇ ਨਾ ਦੋ ਦਿਨ ਉੱਥੇ ਰਹਿ ਪੈਂਦੀ ਤਾਂ ਫਿਰ ਅੱਗੇ ਚੱਲ ਜੇ ਅੱਗੇ ਟਾਹਲੀ ਵਾਲਾ ਖੂਹ ਆਉਣਾ ਉਹ ਛੱਡ ਕੇ ਅੱਗੇ ਨਾਲ ਹੀ ਬੱਕਰੀਆਂ ਬੱਜੀਆਂ ਉਹਦੇ ਖੱਬਿਆਂ 'ਚ ਕਮਾਦ ਲੱਗਾ ਕਮਾਦ 'ਚ ਤੂੰ ਵੜ ਜਾਈ ਵੜ ਤੂੰ ਲੈ ਤੇ ਨਿਕਲੇ ਤੈਨੂੰ ਕਿਸੇ ਦੇਣਾ ਹੀ ਨਹੀਂ ਸਿੱਧਾ ਹੀ ਪਤਾ ਮੇਰੀ ਸਮਝ ਕੁਛ ਨਹੀਂ ਆ। ਉਹ ਯਾਰ ਸਿੱਧਾ ਹਿਸਾਬ ਆ ਭਾਈ ਫਿਰ ਵਾਲੀ ਲਾਰੀ 'ਤੇ ਬਹਿਣਾ ਫਿਰ ਜੇ ਉਹ ਲਾਰੀ ਜਿੱਥੇ ਲਾਵੇ ਤੂੰ ਟਾਂਗ 'ਤੇ ਭਾਈ ਤੇ ਉੱਥੇ ਫਿਰ ਵੱਟੋ ਵੱਟ ਹੋ ਜੀ ਜੇ ਅੱਗੇ ਝੋਨਾ ਲੱਗਾ ਜੇ ਝੋਨੇ ਨੂੰ ਪਾਣੀ ਲੱਗਾ ਤਾਂ ਦੋ ਦਿਨ ਉੱਥੇ ਰਹਿ ਪੈਂਦੀ ਤੇ ਅੱਗੇ ਚਲਾ ਜੀ ਅੱਗੇ ਟਾਲੀ ਵਾਲਾ ਖੂਹ ਹੈਗਾ ਉਹ ਛੱਡ ਕੇ ਬੱਕਰੀਆਂ ਬੱਜੀ ਹੋਣ ਨਾਲ ਹੀ ਸਾਹਮਣੇ ਕਮਾਦ ਹੈ ਕਮਾਦ 'ਚ ਤੂੰ ਵੜ ਜਾਈ ਨਿਕਲੇ ਤੈਨੂੰ ਦੇ ਨਹੀਂ ਕਿਸੇ ਮੁੰਡੇ ਤੇ ਸ਼ਹੀ ਲਾ ਕੇ ਬੈਠੇ ਹੁੰਦੇ ਆ। ਅੱਛਾ ਜੀ ਜਾਜੀ ਮੇਰਾ ਮੁਲਾਜ਼ਮ ਹੈ ਯਾਰ ਕਮਰਾ ਚਾਹੀਦਾ ਪਤਾ ਨਹੀਂ ਲੱਗ ਰਿਹਾ। ਉਹ ਆਸਾਨੀ ਰਹਿਣਾ ਇਸ ਹੋਟਲ 'ਚ ਕਿਉਂ ਇਹ ਤਾਂ ਸੇਹ ਤੇ ਬੰਬ ਲਈ ਫਿਰਦਾ ਕਮਰਾ ਲੈਣਾ ਆਹੋ ਤੇ ਹੋਰ ਕੀ ਕਮਰਾ ਲੈਣਾ ਕੀ ਕਰਨ ਡਿਆ ਤੂੰ ਬੇਬੂ ਬਣਾਉਣ ਡਿਆ? ਹਾਂ ਨਹੀਂ ਬੇਬੂ ਆਪਣਾ ਮਤਲਬ ਕੀ ਕਮਰਾ ਲੈਣਾ ਤੇ ਹੋਰ ਕੀ ਇਹ ਕੌਣ ਇਹ ਬੁੱਧੀ ਆ ਮੇਰੀ ਹੁਣ ਸਾਨੂੰ ਤੇ ਰਹਿਣਾ ਥੁੱਕ ਲਾ ਯਾਰ ਮੈਂ ਤਾਂ ਪਿੰਡ ਪਹੁੰਚ ਗਿਆ ਤੂੰ ਵਿਚਰਾ ਜਾ ਕੇ
अजेड़े पिंड तू पहुंचन दिया बेगुफा भी तो मैं आप गली नहीं टपी। अच्छा पिंड का नाम की है? पिंड का नाम जो उसे पहुंच गए तो भाई फिर क्या क्या कि 40,000 रुपया पड़ेगा। इज्जत बनी है तू बंदा बर्बाद मरन वाला मर गया भरा दफा हो तू ऐसा नहीं तुझे कमरा कमरा देना हां मैंने गल सही की अब की से बाकी तेरी भैन ने पिंड बंदा मरवाया नहीं नहीं मैं समझ गया अरे कभी दे हां आया ना सुधी रा दे सुधी रा दे ए कमरा बढ़िया ना कमरे बड़े बढ़िया ने ये पैसे कितने ने अपना 500 रुपया 500 ए अब 5000 रख ਇੱਥੇ ਕੋਈ ਬਿੱਲਾ ਨਹੀਂ ਇੱਥੇ ਸਾਰੇ ਕੁੱਤੇ ਰਹਿੰਦੇ ਨੇ
ਕੁੜੀ ਆਉਂਦੀ ਬਿੱਲੇ ਦਾ ਪੁੱਛਦੀ ਏ ਬਿੱਲਾ ਕੀ ਏ ਕੌਣ ਏ ਬਿੱਲਾ ਅਜੀਬ ਸੁਣੇ ਸੋਡੇ ਦੇ ਮਾਲਕ ਹੈ ਉਹ ਮਾਲਕ ਨਹੀਂ ਮਾਲਕ ਦਾ ਪੁੱਤਰ ਏ ਰੱਜ ਕੇ ਨਲਾਇਕ ਏ ਜਾਹਲ ਏ ਅਹਮਕ ਏ ਔਰ ਵਿਲ ਏ ਮੁਸਟੰਡ ਏ ਹਾਂਜੀ ਦੋ ਦੋ ਸਾਲ ਕੁੜੀਆਂ ਦੀਆਂ ਡਿਊਟੀਆਂ ਦਿੰਦਾ ਹੈ ਔਰ ਮੁੜ ਕੇ ਉਸੇ ਕੁੜੀ ਦੇ ਵਿਆਹ ਤੇ ਰੋ ਕੇ ਕੁਰਸੀਆਂ ਲਾਉਂਦਾ ਹੈ ਚੌਕੀਦਾਰ ਹੈ ਕਿ ਉਹ ਚੌਕੀਦਾਰ ਨਹੀਂ ਪੁੰਡੀ ਕਰਦਾ ਪੁੰਡੀ ਪੁੰਡੀ ਤੁਸੀਂ ਨਹੀਂ ਸਮਝਦੇ ਪੁੰਡੀ ਮੀਨਸ ਐਂਡ ਛੇੜਛਾੜ ਐਂਡ ਜੁੱਤੀਓ ਜੁੱਤੀ ਹਾਂਜੀ ਬਰਹਾਲ ਤੁਹਾਨੂੰ ਨਹੀਂ ਪਤਾ ਹੈਗਾ ਤੁਹਾਨੂੰ ਮੈਂ ਸਮਝਾਉਣਾ ਇੱਥੇ ਆਓ ਬਿੱਲਾ ਦੋ ਟਕੇ ਦਾ ਬੰਦਾ ਨਹੀਂ ਜਿਹਦੇ ਪਿੱਛੇ ਤੁਸੀਂ ਆਏ ਹੋ ਅੱਛਾ ਬਿੱਲਾ ਕੀ ਕਰਦਾ ਅਸਲ ਵਿੱਚ ਮੈਂ ਔਰ ਬਿੱਲਾ ਨੇ ਸ਼ਾਦੀ ਕਰਨੇ ਵਾਲੀ ਸ਼ਾਦੀ ਉਹ ਤੇਰਾ ਬੇੜਾ ਤਰ ਜਾਓ ਕਿਸੇ ਸ਼ਰੀਫ ਖਾਨਦਾਨ ਦੀ ਇਹ ਕੁੜੀਏ ਉਹ ਤੂੰ ਉਸ ਬਿੱਲੇ ਕੁੱਤੇ ਦੇ ਮਗਰ ਲੱਗ ਕੇ ਆਪਣੀ ਜ਼ਿੰਦਗੀ ਤਬਾਹ ਕਰਨਾ ਚਾਹੁੰਦੀ ਹੈ ਉਹ ਤੇ ਇੱਕ ਟਾਈਮ ਦੀ ਰੋਟੀ ਨਹੀਂ ਦੇ ਸਕਦਾ ਤੈਨੂੰ ਉਹਦੇ ਪਿਓ ਨੇ ਉਹਨੂੰ ਜਾਇਦਾਦ ਤੋਂ ਆਗ ਕੀਤਾ ਹੋਇਆ ਪਿਆਰ ਨਹੀਂ ਕਰਦੇ ਤੁਸੀਂ ਐਵੇਂ ਬਸ ਕੋ ਕਾਰੋਬਾਰ ਕਰਦੇ ਹੋ ਜੀ ਓਏ ਕੁਛ ਵੀ ਨਹੀਂ ਗਾ ਦੋ ਟਕੇ ਦਾ ਬੰਦਾ ਦੇਖੋ ਮੈਂ ਤੁਹਾਨੂੰ ਸਮਝਾਉਣਾ ਅਗਰ ਤੁਸੀਂ ਸ਼ਾਦੀ ਕਰਨੀ ਹੈ ਨਾ ਤੇ ਕਿਸੇ ਐਸੇ ਬੰਦੇ ਨਾਲ ਕਰੋ ਜਿਹੜਾ ਕੰਮ ਵੀ ਕਰ ਜਾਏ ਤੇ ਪਤਾ ਵੀ ਨਾ ਲੱਗਣ ਦੇ ਤੁਸੀਂ ਨਹੀਂ ਸਮਝੇ ਉਹ ਬਿੱਲਾ ਨਲਾਇਕ ਆਦਮੀ ਹੈ ਔਰ ਬਿੱਲਾ ਜਿਹੜਾ ਹੈ ਨਾ ਇਹ ਬਿੱਲਾ ਹੁੰਦਾ ਹੈ ਤੁਸੀਂ ਨਹੀਂ ਸਮਝੇ ਬਿੱਲਾ ਤੇ ਰੱਜ ਕੇ ਗਲਤ ਆਦਮੀ ਹੈ ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਸੀਂ ਮੇਰੀ ਗੱਲ ਤੇ ਯਕੀਨ ਕਰੋ ਹਾਂਜੀ ਕਰਨਾ ਸਵਾਹ ਤੇ ਮਿੱਟੀ ਅਸੀਂ ਪਾਕਿਸਤਾਨੀ ਹਾਂ ਕੰਮ ਬਣੇ ਨਾ ਬਣੇ ਟਰਾਈਆਂ ਜਾਰੀ ਰੱਖੋ ਸਰ ਮੈਂ ਤੁਹਾਨੂੰ ਸਮਝਾ ਰਿਹਾ ਬਿੱਲਾ ਗਲਤ ਆਦਮੀ ਹੈ ਤੁਸੀਂ ਇੰਝ ਕਰੋ ਕੱਲ 12 ਵਜੇ ਆਣਾ ਮੈਂ ਤੁਹਾਨੂੰ ਬਿੱਲੇ ਨਾਲ ਮਿਲਾ ਦਿੰਦਾ ਜੀ ਮੇਰਾ ਕਸੂਰ ਨਹੀਂ ਹੈ ਵੈਸੇ ਹੀ ਆ ਗਿਆ ਗਲਤ ਕਿਸਮ ਦੇ ਕਸਟਮਰ ਆ ਜਾ ਰਾਣੋ ਅੰਦਰ ਆ ਜਾ ਆਪਣੀ ਪਸੰਦ ਦੀ ਕੁੜੀ ਨਾਲ ਸ਼ਾਦੀ ਕਰ ਲਈ ਹੋ ਸਕਦਾ ਉਹ ਤੈਨੂੰ ਬਹੂ ਮੰਨਣ ਤੋਂ ਇਨਕਾਰ ਕਰ ਦੇਣ ਤੇ ਤੇਰਾ ਦਿਲ ਟੁੱਟ ਜਾਏ ਇਸ ਲਈ ਪਹਿਲੇ ਮੈਂ ਘਰ ਜਾਵਾਂਗਾ ਮਾਂ ਬਾਪ ਨੂੰ ਮਨਾ ਕੇ ਤੇ ਫਿਰ ਤੈਨੂੰ ਨਾਲ ਲੈ ਜਾਵਾਂ ਅਗਰ ਉਹ ਨਾ ਮੰਨੇ ਤੇ ਫਿਰ ਉਹਨਾਂ ਨੂੰ ਮੰਨਣਾ ਪਏ ਮੈਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਤੈਨੂੰ ਨਸਾ ਕੇ ਲਿਆ ਜੇ ਮੇਰੇ ਮਾਂ ਬਾਪ ਨਾ ਮੰਨੇ ਤੇ ਮੈਂ ਉਹਨਾਂ ਨੂੰ ਛੱਡ ਜਾਵਾਂ ਪਰ ਤੈਨੂੰ ਨਹੀਂ ਛੱਡ ਸਕਦਾ ਸੱਚ ਮੁੱਚ ਤੂੰ ਇਸ ਤਰ੍ਹਾਂ ਕਰ ਇੱਥੇ ਬੈਠ ਤੇ ਮੈਂ ਦੇਖਾਂ ਕੋਈ ਹੋਟਲ 'ਚ ਹੈ ਕਿ ਨਹੀਂ ਗੱਲ ਕਰਨ ਹੀ ਆਇਆ ਜੀ ਕਮਰਾ ਚਾਹੀਦਾ ਸਰ ਓ ਕਮਰਾ ਚਾਹੀਦਾ ਹਾਂਜੀ ਇਹ ਕੌਣ ਨੇ ਇਹ ਮੇਰੀ ਬੀਵੀ ਹੈ ਗੁਸਲਖਾਨਾ ਨੀ ਚਾਹੀਦਾ ਜੀ ਪੈਸਾ ਪੂਰਾ ਦੇਣਾ ਨਾ ਕਮਰਾ ਵੀ ਪੂਰਾ ਚਾਹੀਦਾ ਕੀ ਨਾਂ ਹੈ ਤੁਹਾਡੇ ਬਾਲਾ ਸਾਹਿਬ ਦਾ ਚੌਧਰੀ ਰਹਿਮਤ ਦੀਨ ਚੌਧਰੀ ਰਹਿਮਤ ਦੀਨ ਜੀ ਦੂਸਰੇ ਦਾ ਦਾਦੇ ਦਾ ਨਾਲ ਹੀ ਹੁਣ ਲਾਜ਼ਮੀ ਹੈ ਯਾਰ ਤੇਰਾ ਕੀ ਦਬਾਰ ਹੈ ਤੁਸੀਂ ਇਥੋਂ ਕਮਰਾ ਚੁੱਕ ਕੇ ਭੱਜ ਜਾਓ ਮੈਂ ਸਮਝ ਗਿਆ ਤੁਹਾਡੀ ਗੱਲ ਕੁਛ ਨੀ ਲਾ ਨਹੀਂ ਇਹ ਸਵਾਲ ਵੀ ਪੈਦਾ ਹੁੰਦਾ 20 ਰੁਪਏ ਹੋਰ ਦੇ ਦਿਓ ਕਿਉਂ
ਇਹਨੇ ਜਤਾਰਾ ਪਵਾਣੀਆਂ ਅਸਲੀ ਨੋਟ ਨੇ ਚਲੋ ਆਮ ਸੌਰੀ ਵੈਰੀ ਗੁੱਡ ਚਾਚਾ ਜੀ ਇਹਨਾਂ ਨੂੰ ਚਾਬੀ ਦੇ ਇਹਨਾਂ ਦੋਵਾਂ ਚੋਂ ਕਿਹਨੂੰ ਦੇਣੀ ਹੈ ਕੱਢੋ
500 ਰੁਪਇਆ ਕਿਰਾਇਆ ਜੀ ਜੀ ਆ 500 ਰੁਪਇਆ ਫੜੋ ਜੀ ਜੀ ਥੈਂਕ ਯੂ ਆ 500 ਹੋਰ ਭਰੋ ਇਹ ਕਾ ਦੇ ਸਮਝਦਾਰ ਹੈ ਯਾਰ ਹੋਟਲ ਵਿੱਚ ਕਮਰਾ ਲਿਆ ਇਹਨੇ ਤਾਂ ਨਹੀਂ ਜੀ ਹੋਗਾ कमरा किथे जी मेरा गीजर के नाल जिहड़ा काला काला कमरा ना एक्सक्यूज मी जी जी एक साबन दे दो थके होंगे ना थैंक यू सर जी साबन ध्यान नाल इस्तेमाल करना इनू रेत लगी जी कुत्ते कुत्ते बंदे रखे दो हेलो हेलो हाय हाँ हाय किधर आए हो जी मैं बिल्ली नू मिलन ਬਿੱਲੇ ਨੂੰ ਹਾਂਜੀ ਕਿਹੜਾ ਬਾਗੜ ਬਿੱਲਾ ਨਹੀਂ ਉਹ ਨਹੀਂ ਬਿੱਲਾ ਆਹ ਬਿੱਲਾ ਤਾਂ ਕੋਈ ਨਹੀਂ ਹੈ ਕੁੱਤਾ ਜਿਹਾ ਬੰਦਾ ਹੈ ਨਹੀਂ ਨਹੀਂ ਤੁਸੀਂ ਵਾਕਈ ਨਹੀਂ ਸਮਝੇ ਮੈਂ ਬਿਲਕੁਲ ਬਿੱਲੇ ਨੂੰ ਮਿਲਣ ਆਈ ਹਾਂ ਬਿੱਲਾ ਕਿਹੜਾ ਉਹ ਬਿੱਲਾ ਬਿੱਲਾ ਜਿਹੜਾ ਬਚਪਨ 'ਚ ਤਾਣਾ ਖੇਡਦਾ ਸੀ ਤੁਸੀਂ ਦੋਨੋਂ ਮਿੱਟੀ ਮਿੱਟੀ ਹੋ ਜਾਂਦੇ ਸੀ ਬਿੱਲਾ ਬਿੱਲਾ ਹਾਂ ਕਿਹੜਾ ਬਿੱਲਾ ਬਿੱਲਾ ਨਹੀਂ ਅੱਛਾ ਕਿਹੜਾ ਤੁਸੀਂ ਬਿਲਕੁਲ ਨਹੀਂ ਜਾਣਦੇ ਕਿਹੜਾ ਅੱਛਾ ਅੱਛਾ ਉਸ ਬਿੱਲੇ ਦੀ ਗੱਲ ਕਰਦੇ ਹੋ ਜਿਹੜਾ ਮੈਨੂੰ ਨਹੀਂ ਪਤਾ ਹੈਗਾ ਬਾਕੀ ਉਸ ਹੋਟਲ ਦਾ ਮਾਲਕ ਹੈ ਅੱਛਾ ਇਹ ਹੋਟਲ ਦਾ ਮਾਲਕ ਬਿੱਲਾ ਹਾਂ ਉਹ ਜੀ ਮੈਂ ਉਹਨੂੰ ਅੱਛੀ ਤਰ੍ਹਾਂ ਜਾਣਦਾ ਵਾਂ ਅੱਛਾ ਮੇਰੀ ਮਾਸੀ ਧੀ ਨਾਲ ਵਿਆਹ ਹੈ ਚਾਰ ਬੱਚਿਆਂ ਦਾ ਪਿਓ ਹੈ ਹਾਏ ਅੱਲਾ ਬਿੱਲੇ ਨੇ ਤਾਂ ਮੈਨੂੰ ਆਪਣਾ ਇੱਕ ਬੱਚਾ ਵੀ ਨਹੀਂ ਦੱਸਿਆ ਬਾਕੀ ਤੈਨੂੰ ਦੱਸਿਆ ਸੁਣਾ ਉਹਨੇ ਦੱਸਿਆ ਹੀ ਜੋ ਕਹਿੰਦੇ ਮੈਂ ਬਸ 0 ਮੀਟਰ ਆ ਲੇਕਿਨ ਮੈਨੂੰ ਝੂਠ ਮਾਰਨ ਦੀ ਕੀ ਲੋੜ ਹੈ ਇੱਕ ਬਿਮਾਰ ਆਦਮੀ ਕਦੀ ਵੀ ਝੂਠ ਨਹੀਂ ਬੋਲਦਾ ਕੀ ਮਤਲਬ ਹਾਂ ਮੈਨੂੰ ਬਲੱਡ ਕੈਂਸਰ ਹੈ ਨਾ ਹਾਏ ਅੱਲਾ ਤਾਨੂੰ ਤੋਂ ਵੀ ਬਲੱਡ ਕੈਂਸਰ ਹਾਂ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਕੋਈ ਲੜਕੀ ਤੇਰੇ ਦਿਲ ਦੇ ਉੱਤੇ ਹੱਥ ਰੱਖ ਕੇ ਤੈਨੂੰ ਆਈ ਲਵ ਯੂ ਕਹਿ ਦੇ ਠੀਕ ਹੋ ਲੱਗਣਾ ਹਾਂ ਉਹ ਚਾਚੀ ਓ ਕੇ ਆ ਕੇ ਭੈਣ ਤੇ ਕਹੇਗਾ ਗੱਲ ਸੁਣੋ ਮੈਂ ਆਇਆ ਜੀ ਚਾਚੀ ਉਹ ਬੱਲੇ ਲਾਲੋ ਲਾਲ ਆ ਜੇ ਮੈਂ ਲਾਲੋ ਲਾਲ ਤੂੰ ਵੀ ਜ਼ਰਦੇ ਦੀ ਪਲੇਟ ਤੋਂ ਘੱਟ ਤੇ ਨਹੀਂ ਨਾ ਹੈਗਾ ਬੱਲੇ ਤੇ ਆ ਜਾ ਫਿਰ ਮੂੰਹ ਮਿੱਠਾ ਕਰ ਲਓ ਫੇਰ ਨਾ ਨਾ ਕਿਉਂ ਵੀ ਪੇਟ ਨੂੰ ਮੱਥੇ ਲਗਾ ਤੇ ਮੂੰਹ ਨੂੰ ਮਿੱਠਾ ਹੋਇਆ ਮੇਰਾ ਦਿਮਾਗ ਖਰਾਬ ਨਹੀਂ ਮੈਂ ਯਗਾਨ ਦੀ ਦਵਾਈ ਹੈ ਤੂੰ ਚਲਾਕ ਹੈ ਵੈਸੇ ਕਿਵੇਂ ਇਧਰ ਆ ਕੇ ਗੱਲ ਕਰ ਇੱਧਰ ਕੀ ਦੂਰੋਂ ਹੀ ਪਤਾ ਲੱਗਣ ਡਿਆ ਮੈਨੂੰ ਐਡਾ ਕੁ ਪਜਾਮਾ ਉਹਦੇ ਵਿੱਚ ਵੜ ਗਈ ਮੇਰਾ ਹਾਲ ਆ ਮੈਂ ਸਮਝ ਗਿਆ ਜਿੱਦਾਂ ਪਾਇਆ ਹੋਣਾ ਕਿਸ ਤਰ੍ਹਾਂ ਪਾਇਆ ਹੋਣਾ ਇਹ ਕਿਸੇ ਨੇ ਨਹੀਂ ਫੜਿਆ ਹੋਣਾ ਤੂੰ ਕੰਨ ਤੇ ਖਲੋ ਕੇ ਛਾਲ ਮਾਰ ਦੀ ਇੱਧਰ ਆ ਨਾ ਜ਼ਰਾ ਉਹ ਤੇਰੇ ਨਾਲ ਗੱਲ ਪਤਾ ਕੀ ਹੈ ਜੀ ਤੂੰ ਬਿਲਕੁਲ ਇਹਨਾਂ ਗੱਲਾਂ ਤੋਂ ਮੈਨੂੰ ਪੇਂਡੂ ਜ਼ਾਹਰ ਹੋਏ ਨੇ ਲੈ ਜ਼ਾਹਰ ਕੀ ਹੋਇਆ ਪਿਓਰ ਪੇਂਡੂ ਖਾਲਸ ਪੇਂਡੂ ਆ ਮੈਂ ਤੁਸੀਂ ਕੀ ਸਮਝਦੇ ਹੋ ਮੈਨੂੰ ਮੈਂ ਆਪਣੀ ਜਨਾਨੀ ਦਾ ਡਿਆ ਸਾ ਘੁੰਡ ਚੁੱਕਣ ਅੱਛਾ ਉਹ ਜੇ ਘੁੰਡ ਚੁੱਕਣ ਹੀ ਡਿਆ ਸਾ ਤੇ ਸੌਂ ਗਈ ਜੇ ਤੇ ਤੂੰ ਮੈਨੂੰ ਦੱਸ ਨਾ ਇਹ ਨਹੀਂ ਮੈਂ ਤੇ ਹੁਣ ਮਸ਼ਵਰਾ ਕਰ ਲਈਏ ਵੀ ਇਹ ਕੋਈ ਬਦਸ਼ਗੁਨੀ ਤਾਂ ਨਹੀਂ ਹੁੰਦੀ ਨਹੀਂ ਮਰਦੀ ਉਹ ਜ਼ਿੰਦਾ ਹੀ ਰਹੇਗੀ ਅੱਛਾ ਤੁਹਾਡੀ ਮੈਂ ਕਿਹਾ ਫਿਰ ਵੇਲੇ ਹੀ ਵਿਆਹ ਜਾਓ ਹਾਂ ਤੂੰ ਜਾ ਹੈ ਚੀਜ਼ਾਂ ਜਿਹੜੀਆਂ ਉਹ ਕਲ ਮੰਗਾਈਆਂ ਨਹੀਂ ਹੋਣ ਦੀ ਪਈਆਂ ਤੂੰ ਤਾਂ ਮੈਂ ਵੀ ਕਰਾਂ ਤੇ ਵੀ ਤੂੰ ਕਰਦੀ ਨਹੀਂ ਓਏ ਅੰਦਰ ਕੋਈ ਹੈ ਬਈ ਮੇਰਾ ਖਿਆਲ ਆ ਭਰਾ ਆ ਗਿਆ ਤੁਹਾਡਾ ਮੈਂ ਫੜੇ ਨਾਲ ਆ ਜਾਈਏ ਸੀ ਆ ਆਵੇਗਾ ਤੇਰਾ ਆ ਗਿਆ ਆ ਬਿੱਲੇ ਓਏ ਕੀ ਆਇਆ ਓ ਕੀ ਯਾਰ ਕੀ ਗੱਲ ਕੀ ਕਸ਼ਮੀਰ ਲੋਕ ਬਿੱਲੇ ਦੇ ਪਿਓ ਦਾ ਹੋਟਲ ਹੋਵੇ ਤੇ ਬਿੱਲਾ ਆਵੇ ਹੀ ਨਾ ਆਏ ਬਿੱਲੀ ਪਹਿਲੇ ਬੈਠੀ ਔਰ ਬਿੱਲਾ ਨਾ ਆਵੇ ਮੈਂ ਤਾਂ ਕਦੀ ਕੋਈ ਬਿੱਲੀ ਆਪਣਾ ਮੈਂ ਬਾਗੇ ਜਨਾ ਲੱਭਦਾ ਵੀ ਤੁਸੀਂ ਇੱਥੇ ਬੈਠੇ ਅੱਛਾ ਤੂੰ ਮੈਨੂੰ ਬਾਗੇ ਜਨਾ ਲੱਭਣਾ ਪਿਆ ਜੀ ਜੀ ਬਿਲਕੁਲ ਝੂਠ ਬੋਲਣਾ ਪਿਆ ਕਦੀ ਵੀ ਨਹੀਂ ਆਈ ਲਵ ਯੂ ਆਈ ਕਾਂਟ ਲਿਵ ਵਿਦਆਊਟ ਯੂ ਯੂ ਆਰ ਮਦਰ ਆਫ ਮਾਈ ਚਿਲਡਰਨ ਐਂਡ ਆਈ ਐਮ ਯੂਰ ਫਾਦਰ ਕੀ ਬੋਲ ਗਏ ਇਹ ਕੋਈ ਅੰਗਰੇਜ਼ੀ ਜ਼ਬਾਨ ਹੀ ਐਸੀ ਹੈ ਬੰਦਾ ਤਰੁ ਤਰੁ ਰਹਿੰਦਾ ਕੋਈ ਬਹੁਤ ਤੋਂ ਇਤਰੁ ਤਰੁ ਹੋ ਗਏ ਕੋਈ ਗੱਲ ਨਹੀਂ ਆਈ ਲਵ ਯੂ ਗੋਰੇ ਰੰਗ ਦੇ ਦੁਪੱਟਿਆਂ ਦੀ ਛਾ ਕਰਕੇ ਤੈਨੂੰ ਛੱਡਾਂਗਾ ਮੈਂ ਬੱਚਿਆਂ ਦੀ ਮਾਂ ਕਰਕੇ ਬੱਚੇ ਆਪਣੇ ਕੋਲ ਰੱਖ ਸੁਣਾ ਨਹੀਂ ਬੱਚਾ ਵੀ ਕੋਈ ਇੱਕ ਨਹੀਂ ਹੋਣਾ 150 ਬੱਚੇ ਮੈਂ ਤੇ ਤੈਨੂੰ ਭਾਗਣਾ ਅੰਡਿਆਂ ਦੇ ਉੱਤੇ ਤੇਰਾ ਬੇੜਾ ਇਨਸਾਨ ਆ ਸੁਣਨਾ ਪਿਆ ਮੁਰਗੀ ਦਾ ਬੱਚਾ ਨਹੀਂ ਇਨਸਾਨ ਤੇ ਮਮੀ ਇਨਸਾਨ ਐਸੀ ਕਿਹੜੀ
ਅਸਮਾਨ ਤੋਂ ਸੂਰਜ ਤੋੜ ਕੇ ਲਿਆ ਤੇਰੇ ਪਿਆਰ ਨੇ ਸਾਨੂੰ ਵੈਸੇ ਸਵਾਹ ਕਰਤਾ, ਤੇਰੇ ਨਾਲ ਮੈਂ ਝੂਠ ਨਹੀਂ ਬੋਲ ਸਕਦਾ। ਇੱਕ ਮਰੀਜ਼ ਕਦੀ ਝੂਠ ਨਹੀਂ ਬੋਲਦਾ। ਕੀ ਮਤਲਬ? ਮੈਨੂੰ ਕੈਂਸਰ ਹੈ। ਹਾਏ ਨਾ, ਇਸ ਤਰ੍ਹਾਂ ਦੇ ਜਾਜੀ ਵੀ ਕਹਿੰਦਾ ਸੀ ਕਿ ਉਹਨੂੰ ਵੀ ਬ੍ਰੈਡ ਕੈਂਸਰ ਹੈ। ਜਾਜੀ ਸੀਨ ਕਰ ਗਏ, ਇਹਦਾ ਮਤਲਬ ਕਿ ਇਹ ਗੱਲ ਪਹਿਲੇ ਨਹੀਂ ਮੈਨੂੰ ਉਹਨੇ ਕਿਉਂ ਕਿਹਾ ਮੈਨੂੰ ਵੀ ਕੈਂਸਰ ਹੈ? ਪਤਾ ਨਹੀਂ ਜਾਜੀ ਨੂੰ ਕੀ ਹੋਇਆ, ਉਹਨੇ ਕਿਉਂ ਕਿਹਾ ਉਹਨੂੰ? ਸ਼ਾਇਦ ਮੇਰੇ ਕੋਈ ਜੜਾ ਸੀਨ ਚੜ ਗਿਆ ਹੋਣਾ ਉਹਨੂੰ ਵੀ। ਬਾਵਜੂਦ ਵੀ ਕਦੀ ਦਵਾਈ ਨਹੀਂ ਖਾਂਦੇ। ਲੋਟੇ ਕਿੰਨੇ ਨੇ ਉੱਥੇ? ਲੋਟੇ ਸਾਰੇ ਬਦਲ ਗਏ ਜੀ। ਅੰਦਰੋਂ ਸੇਬੇ ਲਿਆ ਕੇ ਥੱਲੇ ਲੱਤਾਂ ਬੰਦ ਹੀ ਨਿਕਲੀ ਜਾਓ। ਹਾਂ ਲੱਭਣ ਹੀ ਨਹੀਂ ਲਿਆ।
ਹਾਂ ਇਧਰ ਉਧਰ ਹੋਈ ਆ ਨਹੀਂ ਇਧਰ ਹੋਈ ਵੀ ਉਧਰ ਹੋਈ ਸੇ ਇੱਕ ਦੱਸ ਅਗਰ ਪਤਾ ਨਹੀਂ ਲੱਗੇ ਕਿ ਕਿੱਧਰ ਆ ਮੈਂ ਕਿਹਾ ਤੂੰ ਇਹ ਸਾਰਾ ਖਾਨਦਾਨ ਪੁੱਛਦਾ ਤੂੰ ਮੈਨੂੰ ਕਮਰਾ ਦੇਣਾ ਕਿ ਭੈਣ ਦਾ ਰਿਸ਼ਤਾ ਦੇ ਨਾਲ ਚਾਬੀ ਮੈਨੂੰ ਬੁਲਾ ਮੈਂ ਕਹਿ ਰਿਹਾ ਪੀਣ ਦੀ ਦਵਾਈ ਖਾਧੀ ਆ 5 ਕਿਲੋ ਮੱਛੀ ਖਾਧੀ ਮੈਂ ਮਰਨ ਵਾਲਾ ਹੋਇਆ ਤੂੰ ਚਾਬੀ ਦੇ ਦੇ ਹਾਂ ਚਾਬੀ ਦੇਣੇ ਆ 500 ਰੁਪਏ ਘੱਟ 500 ਰੁਪਇਆ ਦੇਣੇ ਅੰਦਰ ਹੈ ਅੰਦਰ ਲਿਆ ਕੇ ਦੇਣੇ ਆ ਅੱਛਾ ਅੰਦਰੋਂ ਭੇਜਣੇ ਪਾਣੀ ਦਾ ਗਲਾਸ ਲਿਆ ਬਣਾ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਬਦਤਮੀਜ਼ ਦਾ ਹੁਣ ਤੇ ਕਿੱਥੇ ਆ ਵੜੇ ਅਸੀਂ ਮੈਂ ਕਿ ਜਾਨਵਰ ਸੀ ਹੁਣ ਕਿੱਥੇ ਆ ਗਏ ਅਸੀਂ ਆ ਗਏ ਆ ਲੋ ਸ਼ਹਿਰ ਚ ਅਸਲਾਮ ਅਲੈਕਮ ਇੱਧਰ ਬੜਾ ਗੌਰ ਨਾਲ ਵੇਖ ਲੈ ਇਹਦੀ ਸ਼ਕਲ ਦੀ ਭੈਣ ਗੁਆਚੀ ਹੂ ਇੱਧਰ ਮੈਨੂੰ ਮਿਲ ਪਣ ਮਈਏ ਨੂੰ ਉਹ ਤੂੰ ਕੌਣ ਹੈ ਉਹ ਪਿੰਡੂ ਭਗਦਾ ਉਹ ਮੈਂ ਪਿੰਡੋਂ ਆਇਆ ਉਹ ਸ਼ਹਿਰ ਆ ਕਿਵੇਂ ਗਿਆ ਤੇਰਾ ਬੇੜਾ ਤਾਂ ਜੇ ਤੁਹਾਡੇ ਵਰਗੇ ਅਗਲੇ ਦੇ ਦੋ ਦੋ ਘੰਟੇ ਇੱਥੇ ਆ ਕੇ ਮਾਲ ਦੀ ਸੜਕ ਨਹੀਂ ਟੱਪੀ ਜਾਂਦੀ ਜੋ ਨਹੀਂ ਟੱਪੀ ਜਾਂਦੀ ਸਾਨੂੰ ਕੀ ਉੱਥੇ ਹੀ ਧੋਤੀ ਇਕੱਠੀ ਕਰਕੇ ਓਏ ਆ ਕੀ ਆ ਗਿਆ ਓਏ ਆ ਕੀ ਆ ਗਿਆ ਕੱਲ ਜਾਵਾਂਗੇ ਅੱਜ ਰਸ਼ ਬੜਾ ਕੱਲ ਜਾਵਾਂਗੇ ਮੈਂ ਕਿਹਾ ਤੂੰ ਕੌਣ ਹੈ ਇੱਥੋਂ ਦਾ ਓਏ ਭਾਈ ਅੱਜ ਬੜਾ ਕੌਣ ਆਏ ਨੇ ਪਾਣੀ ਦਾ ਗਲਾਸ ਲਓ ਜੀ ਪਾਣੀ ਦਾ ਗਲਾਸ ਮੈਂ ਕਿਹਾ ਭਾਜੀ ਜਾ ਕੰਮ ਕਰ ਭਾਜੀ ਇੱਥੇ ਲੂਲੇ ਲੱਗਣ ਦੀ ਐਸ਼ ਕਰਨ ਡਿਆ ਨੇ ਅਸੀਂ ਭੈਣਾਂ ਜੋਗੇ ਰਹਿ ਗਏ ਮੈਂ ਕਿਹਾ ਭਾਜੀ 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 ਮੇਰੀ ਗੱਲ ਸੁਣਨਾ ਹਾਂਜੀ ਭਾਜੀ ਮੇਰਾ ਮੇਕਅਪ ਤੇ ਖਰਾਬ ਨਹੀਂ ਹੋਇਆ ਇੱਥੇ ਕਾਹਦ ਲਈ ਆਏ ਹੋ ਮੈਂ ਕਿਹਾ ਜੀ ਗਲਾਸ ਹੋਰ ਪਾਣੀ ਦਾ ਮਿਲ ਸਕਦਾ ਸਰ ਬਸ ਇੰਨਾ ਹੀ ਸੀ ਮੈਂ ਅਸਲ ਵਿੱਚ ਨਾ ਟੂਟੀਆਂ ਆ ਨਹੀਂ ਰਹੀਆਂ ਅੱਛਾ ਮੈਨੂੰ ਮੈਂ ਜੋ ਫਲੱਸ਼ ਦੇ ਵਿੱਚੋਂ ਭਰ ਕੇ ਲੈ ਆਇਆ ਸੀ ਟਾਟਾ ਖਾਣਾ ਖਰਾਬ ਚਾਬੀ ਮੰਗਣ ਡਿਆ ਤੂੰ ਹੈ ਕੌਣ ਬਦਤਮੀਜ਼ ਡਿਆ ਹੈ ਸਾਬਣ ਕਿਉਂ ਮੰਗਣਾ ਇਹੋ ਜਿਹਾ ਤੇਰਾ ਮੂੰਹ ਹੁਣ ਕੋਈ ਭਾਰੀ ਥੋੜਾ ਜਿਹਾ ਤੇਜ਼ਾਬ ਦਿਓ ਸਾਬਣ ਦਿਓ ਸਾਡਾ ਮੇਕਅਪ ਨਾਲ ਕੀ ਕੰਮ ਜੁੰਜੀ ਇਹ ਕੋਈ ਨਹੀਂ
ਵਿਛਾਏ ਹੋਏ ਨੇ ਤੈਨੂੰ ਕਿਵੇਂ ਪਤਾ ਲੱਗਾਏ ਤੂੰ ਸਾਰੇ ਅਜ਼ਮਾਏ ਹੋਏ ਮੈਂ
ਪੰਜਾਂ ਛੀਆਂ ਕੁੜੀਆਂ ਨੂੰ ਇਹ ਸਮਝਾ ਚੁੱਕਾ ਕਿ ਬਿੱਲਾ ਦੋ ਟਕੇ ਦਾ ਇਨਸਾਨ ਨਹੀਂ, ਬਿੱਲਾ ਨਲਾਇਕ, ਬਿੱਲਾ ਜਾਹਿਲ, ਬਿੱਲਾ ਵਿਹਲਾ, ਬਿੱਲਾ ਮੁਸਤੰਡ ਹੈ। ਕੀ ਮਤਲਬ ਤੁਸੀਂ ਹੋਰ ਕੁੜੀਆਂ ਵੀ ਯਾਦ ਕਰੇ? 8-9 ਕੁੜੀਆਂ ਤੇ ਮੈਂ ਪੂਤ ਆ ਚੁੱਕਾ। ਅੱਜ ਨੂੰ ਆ ਲੈਂਦੇ ਇਹਨੂੰ ਛੱਡਾਂਗੇ ਨਹੀਂ। ਵੈਸੇ ਇੱਕ ਤਰੀਕਾ ਹੈਗਾ, ਉਹ ਕੀ? ਜਿਹੜਾ ਬੰਦਾ ਕੁੜੀ ਨੂੰ ਚੱਕਰ ਦੇਵੇ ਔਰ ਕੁੜੀ ਨੇ ਝੂਠਾ ਪਿਆਰ ਕਰੇ ਉਹਦਾ ਇੱਕੋ ਇਲਾਜ ਹੈ। ਉਹ ਕੀ? ਕੁੜੀ ਨੂੰ ਚਾਹੀਦਾ ਕਿ ਉਹਦੇ ਸਾਹਮਣੇ ਦੂਜਾ ਫਸਾ ਲਵੇ ਤਾਂ ਕਿ ਉਹਨੂੰ ਗੈਰਤ ਆਵੇ। ਮੈਂ ਕਿਹੜਾ ਫਸਾਵਾਂ, ਤੂੰ ਮੇਰਾ ਵਿਆਹ ਕਰੇਗਾ? ਮੈਂ ਕਰਾਂਗਾ, ਨਾ ਵੀ ਹੋ ਸਕਿਆ ਮੈਂ ਕਰਾਂਗਾ ਇਨਸ਼ਾਅੱਲਾ। ਕੋ ਫਿਕਰ ਹੀ ਨਾ ਕਰ ਤੂੰ, ਚਲਾ ਫੇ ਇੱਥੇ ਬਹਿ ਕੇ ਦੋ ਪਿਆਰ ਦੀਆਂ ਗੱਲਾਂ ਕਰਨੀਆਂ। ਅੱਲਾ ਕਰੇ ਉਸ ਤੋਂ ਆਵੇ ਤਾਂ ਸੜ ਜਾ। ਹਾਂ, ਬਿੱਲਾ ਆਉਣ ਵਾਲਾ ਹੈ ਔਰ ਬਿੱਲਾ ਸੜ ਕੇ ਸੋਹ ਹੋ ਜਾਏਗਾ। ਉਸ ਤੋਂ ਬਾਅਦ ਭਾਵੇਂ ਜੋ ਮਰਜ਼ੀ ਹੈ, ਬਹਿ ਜਾ, ਕੰਡ ਨਾਲ ਕੰਡ ਜੋੜ ਪਿਆਰ ਦੀਆਂ ਗੱਲਾਂ ਕਰ। ਜਾਨੀ ਹੈ ਜੀ, ਤੇਰੀ ਕੰਡ ਰੀ ਠੰਡੀ ਕਿਉਂ ਹੈ? ਰਾਤੀ ਪੁਲਿਸ ਵਾਲੇ ਫੜ ਕੇ ਲੈ ਗਏ ਸਨ, ਉਹਨਾਂ ਛਿੱਤਰ ਮਾਰ ਮਾਰ ਕੇ ਮੇਰਾ ਧੂਨ ਕੱਢ ਛੱਡਿਆ। ਮੇਰੇ ਕੋਲ ਜਗ੍ਹਾ ਨਹੀਂ ਸੀ ਲੇਕਿਨ ਉਹਨਾਂ ਨੇ ਕੋਲੋਂ ਪਾ ਕੇ ਮਾਰਿਆ। ਮੈਂ ਕਿਹਾ ਤੇਰੀ ਕੰਡ ਬੜੀ ਗਰਮ ਹੈ, ਰਾਤੀ ਤੰਦੂਰ ਤੇ ਬੈਠੀ ਰਹੀ ਹੈ। ਜਾਨੀ ਇਹੋ ਜਿਹੀ ਗੱਲਾਂ ਨਾ ਕਰ, ਪਿਆਰ ਦੀਆਂ ਗੱਲਾਂ ਕਰ। ਹਾਂ, ਪਿਆਰ ਮੈਂ ਵਧੀਆ। ਹਾਂ, ਹੋਰ ਸੁਣਾ ਕੀ ਹਾਲ ਹੈ? ਮੇਰਾ ਦਿਲ ਕਰਦਾ ਹੈ। ਮੇਰਾ ਨਹੀਂ ਕਰਦਾ। ਅੱਛਾ ਛੱਡ ਪਰ ਇਹਨਾਂ ਗੱਲਾਂ ਨੂੰ, ਕਿਸੇ ਨੂੰ ਪੁੱਛ ਲਈਏ ਅਸੀਂ ਕੈਸੇ ਲੱਗ ਰਹੇ ਹਾਂ? ਕੈਸੇ ਲੱਗ ਰਹੇ ਹਾਂ ਅਸੀਂ? ਉਹ ਭਾਈ ਹੈਗੇ ਭੈਣ ਭਰਾ ਹੀ ਆ, ਤੁਹਾਡੇ ਵਾਸਤੇ ਬਗੈਰਤ ਹੋਏ ਹਾਂ। ਉਹ ਕਦੋਂ ਹੀਰ ਰਾਂਝਾ? ਤੂੰ ਹੀਰ ਬਣ ਸਕਣੀ ਹੈ? ਮੈਂ ਕਿੱਥੋਂ ਰਾਂਝਾ ਲੱਗਾ? ਮੇਰੇ ਆਪਣੇ ਤੇ ਬਸ ਰਾਂਝਾ ਰਾਜ਼ੀ ਹੋਇਆ। ਰਾਂਝਾ ਹੀਰ ਰਾਂਝਾ, ਚੱਲ ਛੱਡ। ਸੋਹਣੀ ਤੇ ਮਹੀਵਾਲ ਨਾ, ਤੂੰ ਸੋਹਣੀ ਬਣ ਸਕਦੀ ਹੈ, ਮੈਂ ਮਹੀਵਾਲ ਬਣ ਹੀ ਨਹੀਂ ਸਕਦਾ। ਕਿਉਂ? ਤੂੰ ਮੈਨੂੰ ਸੋਹਣੀ ਬਣ ਕੇ ਫਰਮਾਇਸ਼ ਕਰੇਗੀ, ਮਹੀਵਾਲ ਮੈਨੂੰ ਆਪਣੇ ਪੱਟ ਦਾ ਕੁਆਬ ਚੀਰ ਕੇ ਖਵਾ। ਮੈਂ ਕਿਹੜੇ ਪੱਟ ਦਾ ਕੁਆਬ ਖਵਾਵਾਂਗਾ? ਇੱਕ ਕੁਆਬ ਜਿਹਦਾ ਮੇਰਾ ਪੱਟ ਹੈ, ਤੈਨੂੰ ਖਵਾ ਕੇ ਫਾਰਗ ਹੋ ਜਾ। ਚੱਲ ਮਿਰਜ਼ਾ ਜੱਟ ਬਣ ਜਾ। ਨਾ, ਮੈਨੂੰ ਕਸਮ ਚੁਕਾ ਲਾ, ਮੈਂ ਇੱਥੇ 5 ਮਿੰਟ ਲਈ ਮਿਰਜ਼ਾ ਨਹੀਂ ਬਣ ਸਕਦਾ। ਮਿਰਜ਼ੇ ਦੇ ਕੰਮ ਹੀ ਬੜੇ ਸਖਤ ਸਨ ਭਾਈ। ਚੱਲ ਸੋਨੇ ਕੋਈ ਗਾਣਾ ਸੁਣਾ। ਹਾਏ, ਲੈ ਫਿਰ ਤੈਨੂੰ ਮੈਂ ਮਿਰਜ਼ਾ ਜੱਟ ਦੀ ਸ਼ਾਇਰੀ ਸੁਣਾ। ਚੱਲ ਸੁਣਾ। ਮੈਂ ਨੀਲ ਕਰਾਈਆਂ ਨੀਲ ਕਾਂ, ਮੇਰਾ ਧਨ ਮਨ ਨੀਲੋ ਨੀਲ, ਮੈਂ ਸੌਦੇ ਕਰ ਲੈ ਦਿਲਾਂ ਦੇ ਵਿੱਚ, ਧਰ ਲੈ ਨੈਣ ਵਕੀਲ, ਓਏ ਰੱਬ ਵਕੀਲੀ ਨਾ ਕਰੇ, ਓਏ ਬੰਦਾ ਕੌਣ ਵਕੀਲ, ਓਏ ਹੁਣ ਕਿਉਂ ਨਹੀਂ ਬੋਲਦਾ ਮੇਰਿਆ ਮਾਮਿਆ। ਤੈਨੂੰ ਬੜਾ ਮਤਲਬ, ਅਸੀਂ ਭੈਣ ਭਰਾ ਵਾ, ਤੂੰ ਜੰਮੀ ਹੈ। ਤੈਨੂੰ ਹੀਰ ਸੁਣਾਵਾਂ? ਹੀਰ? ਚੱਲ ਹੀਰ ਸੁਣਾ। ਆ ਹੀਰ ਗਾਨੇ ਆ, ਕਿਉਂਕਿ ਕੈਦੋ ਵੀ ਬੈਠਾ ਹੈ। ਡੋਲੀ ਚੜ੍ਹਦਿਆਂ ਹੀਰ ਨੇ ਮਾਰੀਆਂ ਚੀਕਾਂ। ਸੋਨੇ, ਹੀਰ ਨੇ ਚੀਕਾਂ ਕਿਉਂ ਮਾਰੀਆਂ? ਉਹ ਡੋਲੀ ਦੇ ਬੂਹੇ 'ਚ ਹੱਥ ਆ ਗਿਆ ਸੀ, ਇਸ ਵਾਸਤੇ ਹੀਰ ਨੇ ਚੀਕਾਂ ਮਾਰੀਆਂ। ਅੱਛਾ ਦਫਾ ਕਰ, ਤੂੰ ਇਹਨਾਂ ਗੱਲਾਂ ਨੂੰ ਛੱਡ ਸ਼ਹਿਜ਼ਾਦੀਏ, ਐਂਡ ਕਰੀ ਕੱਲ ਨਵੀਂ ਅੱਜ ਬਿਲਾ। ਅੱਲਾ ਜਾਣੇ, ਨਾ ਨਹਾਉਂਦਾ ਨਾ ਧੋਂਦਾ, ਕਮਰੇ 'ਚ ਬਹਿ ਕੇ ਝੱਗ ਬਣਾਈ ਜਾਂਦਾ। ਨਹੀਂ ਸੁਣੀ ਜਾਂਦੀ? ਕਿੰਨੀ ਕੁ ਵਾਰੀ ਸੁਣਾ? ਹੱਥ ਹੁੰਦੀ ਕੋਈ ਗੱਲ ਸੁਣਨ ਦੀ? ਘੜੀ ਮੁੜੀ ਗੱਲ ਸੁਣ, ਗੱਲ ਸੁਣ, ਏਡਾ ਸ਼ੌਕ ਤੈਨੂੰ ਕੀ ਆ?
ਸੀ ਨਾ ਕਰ ਲੋਕੀ ਬੈਠੇ ਕੀ ਵੇਖੇ ਆਹੋ ਕੁਝ ਵੇਖਣਾ ਨਹੀਂ ਅੱਛਾ ਚੱਲ ਫਿਰ ਚੱਲ ਅੱਗੇ ਹੋ ਗਏ ਇਹਨਾਂ ਨੂੰ ਕੰਮ ਸਿਖਾਈਏ ਜੈਸੀ ਕਰਦੇ ਦੱਸੋ ਪੁੱਛੋ ਅਸੀਂ ਹਨੀਮੂਨ ਕਿੱਥੇ ਮਨਾਵਾਂਗੇ ਜਿੱਥੋਂ ਮੈਂ ਰੋਜ਼ ਦਾੜੀ ਮਨਾਉਣਾ ਇੱਥੇ ਕਾਨਰੀ ਕਬਰ ਦਾ ਕਿਰਾਇਆ ਦਿੱਤਾ ਇੱਥੇ ਸਾਰੇ ਇੰਤਜ਼ਾਮ ਕਰ ਲਏ ਮੁੰਡੇ ਨੂੰ ਮੈਂ ਪੈਸੇ ਦੇ ਤੇ ਮੈਂ ਝੰਡੀਆਂ ਲਾਣੀਆਂ ਪੱਖੇ ਨਾਲ ਪਕਾਨੇ ਬੰਨ ਦੇ ਕਿਉਂਕਿ ਸਾਡੀ ਸੁਹਾਗ ਰਾਤ ਹੈ ਹਨੀਮੂਨ ਮਨਾਉਣਾ ਹਾਂ ਚਲੋ ਸਾਡੇ ਬੱਚੇ ਕਿੰਨੇ ਹੋਣਗੇ ਤੇਰੀ ਕੋਸ਼ਿਸ਼ ਹੋਣੀ ਆ ਮੇਰੀ ਤੇ ਹਿੰਮਤ ਹੀ ਹੋਣੀ ਆ ਤੇ ਗੱਲ ਸੁਣ ਤੈਨੂੰ ਨੱਚਣਾ ਗਾਣਾ ਆਉਂਦਾ ਤੋਬਾ ਕਰੋ ਤੋਬਾ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਉਹ ਧੀ ਭੈਣ ਨੂੰ ਨੱਚਣਾ ਗਾਣਾ ਚਾਹੀਦਾ ਬੇਵਕੂਫੇ ਉਹ ਕਿਉਂ ਨੱਚਣਾ ਗਾਣਾ ਚਾਹੀਦਾ ਕੱਲ ਨੂੰ ਸਾਰਾ ਹੀ ਤਮਾਸ਼ਬੀਨ ਨਿਕਲਾਂਦਾ ਫੇਰ ਇਨਕਾਰ ਕੀਤਾ ਬਲਕਿ ਮੈਨੂੰ ਵੀ ਜਾਇਦਾਦ ਤੋਂ ਆਖ ਕਰਤਾ ਹੁਣ ਕੀ ਹੋਏਗਾ ਅਰਸ਼ਦ ਪਿਆਰ ਕਰਨ ਵਾਲੇ ਹਿੰਮਤ ਨਹੀਂ ਹਾਰਦੇ ਕੀ ਹੋਇਆ ਜੇ ਮੈਨੂੰ ਜਾਇਦਾਦ ਤੋਂ ਆਖ ਕਰਤਾ ਤੇ ਮੈਂ ਮਿਹਨਤ ਮਜ਼ਦੂਰੀ ਕਰਕੇ ਤੇਰੇ ਲਈ ਦੁਨੀਆ ਦੀ ਹਰ ਖੁਸ਼ੀ ਇਕੱਠੀ ਕਰਾਂਗਾ ਪਰ ਮੈਂ ਕੀ ਕਰਾਂ ਕਾਰੋਬਾਰ ਕਰਨ ਵਾਸਤੇ ਮੇਰੇ ਕੋਲ ਕੋਈ ਸਰਮਾਇਆ ਨਹੀਂ ਕੀ ਮਤਲਬ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਘਰੋਂ ਆਉਣ ਲੱਗਿਆ ਮੈਂ ਕੁਝ ਪੈਸੇ ਤੇ ਜ਼ੇਵਰ ਲੈ ਕੇ ਆਈ ਸਾਂ ਉਹ ਤੂੰ ਰੱਖ ਲੈ ਤੇ ਆਪਣਾ ਕਾਰੋਬਾਰ ਸ਼ੁਰੂ ਕਰ ਲੈ ਨਹੀਂ ਰਾਣੋ ਤੇਰੇ ਕੋਲੋਂ ਪੈਸੇ ਲੈ ਕੇ ਮੈਂ ਤੇਰੀਆਂ ਨਜ਼ਰਾਂ 'ਚ ਆਪਣੀ ਇੱਜ਼ਤ ਨਹੀਂ ਘਟਾਉਣਾ ਚਾਹੁੰਦਾ ਤੇਰੀ ਇੱਜ਼ਤ ਮੇਰੀ ਇੱਜ਼ਤ ਤੇਰੀ ਖੁਸ਼ੀ ਮੇਰੀ ਖੁਸ਼ੀ ਠੀਕ ਹੈ ਜੇ ਤੇਰੀ ਇਹੀ ਖੁਸ਼ੀ ਹੈ ਤੇ ਮੈਂ ਇਨਕਾਰ ਕਿਵੇਂ ਕਰ ਸਕਦਾ ਲੇਕਿਨ ਪੈਸੇ ਹੈ ਕਿੱਥੇ ਨੇ ਕਮਰੇ 'ਚ ਕਮਰੇ 'ਚ ਪਹਿਲਾਂ ਤਾਂ ਕਦੇ ਜ਼ਿਕਰ ਹੀ ਨਹੀਂ ਕੀਤਾ ਤੇ ਪੈਸੇ ਕਮਰੇ 'ਚ ਰੱਖੇ ਮੁਸ਼ਕਿਲ ਗੱਲ ਇੱਥੇ ਬੈਠੋ ਤੁਹਾਨੂੰ ਗਾਣਾ ਸਿਖਾਈਏ ਮੈਂ ਬੜੀਆਂ ਬੜੀਆਂ ਕੁੜੀਆਂ ਨੂੰ ਗਾਣਾ ਸਿਖਾ ਦਿੱਤਾ ਹੈ ਬਿਲਕੁਲ ਕਿਹੜੇ ਗੁਰੂਕਾਰ ਦਾ ਗਾਣਾ ਸਿੱਖਣਾ ਜੇ ਨਾ ਸ਼ੌਕਤ ਦੀ ਸ਼ਬਦ ਨੂੰ ਮੈਂ ਇੱਕੋ ਦਿਨ ਹੀ ਗਾਈ ਸੀ ਸਖ਼ਤ ਸਰਦੀ 'ਚ ਕੱਛਾ ਪਾ ਕੇ ਟੀਵੀ ਦੇ ਏਰੀਆ 'ਚ ਖਲੋ ਕੇ ਮੈਂ ਆਵਾਜ਼ ਲਾਈ ਮੈਂ ਕਿਹਾ ਦੁਸ਼ਮਣ ਮਰੇ ਦੂਜੇ ਦਿਨ ਅੱਬਾ ਜੀ ਮਰ ਗਿਆ ਮੈਂ ਕਿਹਾ ਹੁਣ ਮੈਂ ਸਾਹਿਬ ਮਲੁੱਕ ਨਹੀਂ ਗਾਣੀ ਮੀਆਂ ਸਾਹਿਬ ਦਾ ਕੀ ਜਾਣਾ ਮੇਰਾ ਖਾਨਦਾਨ ਹੀ ਰਹਿਣਾ ਹੋਰ ਕਿਸੇ ਗੁਰੂਕਾਰ ਦਾ ਸੁਣ ਲਓ ਰਾਮ ਅਲੀ ਦਾ ਸੁਣਾ ਦੇ ਹੈ ਰਾਮ ਅਲੀ ਦਾ ਗੁਲਾਮ ਅਲੀ ਦਾ ਹਾਂਜੀ ਇਹਨੂੰ ਗੁਲਾਮ ਅਲੀ ਬੜਾ ਯਾਦ ਹੈ ਕੀ ਗੱਲ ਆਉਂਦਾ ਸੀ ਗੁਲਾਮ ਅਲੀ ਦਾ ਗਾਣਾ ਕਿਹੜਾ ਸੀ ਹਾਂ ਨੀ ਚੰਬੇ ਦੀਜੇ ਬੰਦ ਕਲੀਆਂ ਮੈਨੂੰ ਨਹੀਂ ਆਉਂਦਾ ਐਡਾ ਘੱਗੀ ਦਾ ਗਾਣਾ ਆ ਹੋਰ ਕਿਸੇ ਗੁਰੂਕਾਰ ਦਾ ਸੁਣ ਲੈ ਆਲਾ ਭਲਾ ਦਾ ਸੁਣਾ ਦੇ ਸਾਰੀ ਦੁਨੀਆ ਪਾਕਿਸਤਾਨ ਗਾਉਣ ਦੀ ਤੂੰ ਚਿੰਤਾ ਲੈ ਕੇ ਅੱਗ ਧਰਨਾ ਹੈ ਉਤੋਂ ਲਾਚਾ ਕੁੜਤਾ ਪਾ ਕੇ ਗਾਉਂਦਾ ਮੇਲਿਆਂ ਤੇ ਜਾਂਦਾ ਕੋਈ ਹਨੇਰੀ ਆ ਜਾਂਦੀ ਹੈ ਆਪ ਗਾਉਂਦਰਾਂ ਦੇ ਲੋਕੀ ਮੇਲਾ ਵੇਖਣ ਡਿਆ ਹੁੰਦੇ ਨੇ ਹੋਰ ਕਿਸੇ ਗੁਰੂਕਾਰ ਦਾ ਸੁਣ ਲੈ ਆਪ ਦਾ ਪੀਂਦਾ ਅੱਛਾ ਹੁਣ 6-7 ਮਨ ਦਾ ਗਾਣਾ ਕੌਣ ਗਾਏ ਉਹਦਾ ਤੇ ਗਾਣਾ ਹੀ ਬੜਾ ਅਜੀਬ ਕਿਸਮ ਦਾ ਹੇ ਮੀਆਂ ਆਓ ਮੀਆਂ ਆਓ ਵੀ ਮੀਆਂ 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 ਕਰਕੇ ਉਹਨੇ ਸਾਡੇ ਕੋਲ ਇੱਕ ਨਹੀਂ ਰਹਿਣ ਦਿੱਤਾ ਅੱਲਾ ਮਾਫੀ ਅਵੇ ਕਿਹਨਾਂ ਕਿਹੜੇ ਸਮਝਦੇ ਨੇ ਹੋਰ ਕਿਸੇ ਗੁਰੂਕਾਰ ਦਾ ਸੁਣ ਲੈ ਮਹਿੰਦੀ ਸਾਹਿਬ ਦਾ ਗਾਣਾ
ਉਹ ਨਾ ਪਤਾ ਲੱਗਦਾ ਮਹਿੰਦੀ ਸਾਹਿਬ ਗਾਉਣ ਦੇ ਨੇ, ਨਾ ਪਤਾ ਲੱਗਦਾ ਗੂੰਗੀ ਇਸ਼ਾਰਾ ਕਰਨ ਦੀ ਵੀ ਉੱਤੋਂ ਦੀ ਆ ਜਾ ਉੱਤੋਂ ਦੀ ਆ ਜਾ। ਹੋਰ ਕਿਸੇ ਗੁਰੂਕਾਰ ਦਾ ਸੁਣ ਲੈ, ਅਤਾਉਲਾ ਦਾ। ਹਾਏ ਅਤਾਉਲਾ ਦੀਆਂ ਕੇਸਟਾਂ ਜਿਹੜੀਆਂ ਨਾ ਵਿਆਹ ਵਾਲੇ ਘਰ ਨਹੀਂ ਚੱਲਦੀਆਂ, ਜਨਾਜ਼ਿਆਂ 'ਤੇ ਚੱਲਦੀਆਂ। ਉਹਦੀਆਂ ਰਗਾਂ 'ਚ ਦਰਦ ਬੜਾ, ਐਡੀ ਬੜੀ ਫਿੰਸੀ ਹੈ ਇੱਥੇ ਘੰਟੀ 'ਚ। ਉਹਦਾ ਗਾਣਾ ਸੁਣਨ ਵਾਸਤੇ ਲੋਕ ਜੇਬਾਂ 'ਚ ਨੋਟ ਨਹੀਂ ਰੱਖਦੇ। ਹਾਂ ਉਹਨਾਂ ਇੱਟਾਂ ਤੋੜ ਕੇ ਰੋੜੇ ਰੱਖੇ ਹੁੰਦੇ ਨੇ, ਸੁਆਹ ਰੱਖੀ ਹੁੰਦੀ ਹੈ ਕੋਲ, ਛੁਰੀਆਂ ਰੱਖੀਆਂ ਹੁੰਦੀਆਂ ਕਿ ਹਰੇ ਕਿਹੜੇ ਬੋਲ 'ਤੇ ਸਿਆਪਾ ਕਰਨਾ ਪੈ ਜਾਏ। ਉਹਦਾ ਗਾਣਾ ਹੀ ਬੜਾ ਅਜੀਬ ਕਿਸਮ ਦਾ, ਤੂੰ ਇੱਥੇ ਵਾ ਬੇਬੇ ਹੋਈ ਬੇਵਾ, ਇਹ ਗਾਣਾ ਹੀ ਉਹਦਾ। ਛੱਡ ਪਰੇ, ਤੈਨੂੰ ਮੈਂ ਆਪਣਾ ਗਾਣਾ ਸੁਣਾਉਂਦਾ। ਹਾਂ ਇਹ ਗਾਣਾ ਮੈਂ ਛੜਿਆਂ ਵਾਸਤੇ ਲਿਖਿਆ। ਦੁੱਧ ਨਾਲ ਚਿੱਟੀਆਂ ਤੇ ਗੋਰੀਆਂ ਜਨਾਨੀਆਂ, ਉੱਚੀਆਂ ਤੇ ਲੰਮੀਆਂ ਸਮਾਟਮਾਂ ਰਜਾਣੀਆਂ, ਇੱਕ ਆਵੇ ਇੱਕ ਜਾਵੇ ਸਨ ਕੋਈ ਵੀ ਨਾ ਲਿਫਟ ਕਰਾਵੇ, ਉਹ ਛੜਿਆਂ ਦਾ ਕੀ ਬਣੂਗਾ, ਇਹੋ ਦੁੱਖ ਜਿੰਦੜੀ ਨੂੰ ਖਾਵੇ ਛੜਿਆਂ ਦਾ ਕੀ ਬਣੂਗਾ। ਇਹ ਗਾਣੇ ਦਾ ਬਹਾਨਾ ਸੀ, ਮੈਂ ਵੇਖਣਾ ਸੀ ਛੜਾ ਕਿੱਥੇ ਕਿੱਥੇ ਬੈਠਾ। ਕਿਉਂ ਸੂਫੀ ਸਾਹਿਬ, ਛੱਡ ਪਰੇ ਇਹਨਾਂ ਗਾਣਿਆਂ ਨੂੰ, ਤੂੰ ਇੰਜ ਕਰ ਨਸੀਬੋ ਲਾਲ ਦਾ ਗਾਣਾ ਸਿੱਖ। ਹਾਂ ਨਸੀਬੋ ਲਾਲ ਨੇ ਆਪਣਾ 150 ਗਾਣਾ ਗਾਇਆ, ਮਗਰ ਫਿਰ ਵੀ ਸਿੱਖਾਂ ਦੇ ਗਾਣੇ ਗਾਉਂਦੀ ਹੈ। ਇਹ ਸੋਹਣਾ ਦਾ ਗਾਣਾ, ਬੁੱਕਲ ਦੇਵ ਜੀ ਚੋਰ ਨੀ ਅੱਜ ਕੋਈ ਹੋਰ ਤੇ ਕੱਲ ਕੋਈ ਹੋਰ, ਨਹੀਂ ਨਹੀਂ ਬੁੱਕਲ ਦੇਵ ਜੀ ਚੋਰ ਨੀ ਮੇਰੀ, ਬੁੱਕਲ ਦੇਵ ਜੀ ਚੋਰ ਕਹੋ ਚੋਰ, ਮੈਂ ਚੋਰ ਬੁੱਕਲ ਚ ਵਾਲਣ ਦਿਆ, ਇਹ ਕਿੱਥੇ ਵਾਲਣ ਦੀ, ਬੁੱਕਲ ਦੇਵ ਜੀ ਚੋਰ ਨੀ ਮੇਰੀ, ਬੁੱਕਲ ਦੇਵ ਜੀ ਚੋਰ ਖੁਦਾ ਦਾ ਵਾਸਤਾ, ਇਹ ਚੋਰ ਦਾ ਰਾਹ ਬਦਲ ਲੈ, ਤੇਰੀ ਮਿਹਰਬਾਨੀ ਹੈ ਚੋਰ ਮੈਂ ਕਹਿ ਰਿਹਾ, ਬੁੱਕਲ ਦੇ ਵਿੱਚ ਚੋਰ, ਬੁੱਕਲ ਦੇ ਵਿੱਚ ਚੋਰ। ਤੇ ਮੈਂ ਵੀ ਤਾਂ ਪੁੱਤਰ ਨਹੀਂ ਰਹਿੰਦੀ ਪਈ ਆ। ਕਿਹੜਾ ਪੁੱਤਰ, ਕੁੱਤੇ ਦਾ ਪੁੱਤਰ, ਕਹ ਬੁੱਕਲ ਦੇ ਵਿੱਚ ਚੋਰ ਨਹੀਂ ਮੇਰੀ, ਬੁੱਕਲ ਦੇ ਵਿੱਚ ਚੋਰ, ਪੁੱਤਰ ਅੱਗੇ ਚੋਰ ਨਹੀਂ ਮੇਰੀ, ਪੁੱਤਰ ਅੱਗੇ ਚੋਰ, ਮੇਰਾ ਆਪਣਾ ਚੋਰ ਤੇਰਾ ਆਪਣਾ ਚੋਰ, ਮੈਂ ਚੋਰ ਬੁੱਕਲ ਚ ਵੜਨ ਡਿਆ, ਤੂੰ ਪਤਾ ਨਹੀਂ ਕਿਹੜਾ ਰਾਹ ਵਹਾਉਣ ਡਈ ਉਹਨੂੰ, ਹੱਦ ਹੋ ਗਈ ਏ। ਅੱਛਾ ਤੇਰੀ ਜ਼ਬਾਨ ਤੇ ਨਹੀਂ ਥੱਕਦੀ, ਨਹੀਂ ਤੇ ਜਾ ਤੇਰਾ ਬੇੜਾ ਤਰ ਜਾ, ਮੈਂ ਤੈਨੂੰ ਸਹੀ ਸਮਝਿਆ ਸੀ, ਤੂੰ ਤੇ ਹੈ ਹੀ ਨਜ਼ਰਿਆ ਨੇ, ਆ ਜਾ ਹੁਸੈਨ ਹੈ, ਓਏ ਤੂੰ ਕੱਲ 12 ਵਜੇ ਆਵੀਂ, ਚੱਲ ਤੈਨੂੰ ਅੱਜ ਪਤਾ ਚੱਲੇ। ਓ ਬੱਲੇ ਪਿੰਡੋਂ ਭੈਣ ਆਈ ਆ, ਇਹ ਕੌਣ ਓਏ, ਇਹ ਪਿੰਡੂ, ਇਹ ਪਿੰਡੂ ਮਾਂ ਪਿੰਡੂ ਆ ਜੀ, ਹਾਂਜੀ ਇਹ ਗਾਣਾ, ਇਹ ਵੀ ਆਪਣਾ ਇੱਥੇ ਰਹਿੰਦਾ ਹੋਟਲ 'ਚ, ਓਏ ਗਾਣਾ ਸਿੱਖਣ ਆਈ ਆ। ਅੱਛਾ ਗਾਣੇ ਗਾਉਂਦੀ ਆ, ਹਾਂ ਜੀ ਜੇ ਸੁਣਾ ਦਿਓ ਕੋਈ ਸਾਨੂੰ ਵੀ ਗਾਣਾ। ਕਿਹੜਾ ਕਿਹੜਾ ਸੁਣਾ ਜਾਂਦੇ ਹੋ, ਜਿਹੜਾ ਇਹਨਾਂ ਨੂੰ ਸੁਣਾਇਆ ਸਾਨੂੰ ਸੁਣਾਓ ਕੀ ਹੋਇਆ। ਬੁੱਕਲ ਦੇ ਵਿੱਚ ਚੋਰ, ਬੁੱਕਲ ਪਤਾ ਕਿਸ ਤਰ੍ਹਾਂ, ਇਹ ਬੁੱਕਲ ਇਹ ਮੈਨੂੰ ਚੋਰ ਬਣਾਓ, ਇਹ ਚੋਰ ਸੁੱਤੀ ਪਈ ਨੂੰ ਜਗਾਵੇ ਰੋਣੇ ਮਾਰ ਕੇ, ਗਵੰਡੀ ਮੁੰਡਾ ਲੰਬੇ ਡਾਂਦਾ, ਸੁੱਤੀ ਪਈ ਨੂੰ ਲਾਰੇ ਮੁੰਡਾ ਮਾਰਦਾ, ਗੱਲ ਸੁਣੇ, ਇਹ ਤੂੰ ਗਾਣਾ ਸੁਣਨਾ ਚਾਹੁੰਦਾ ਜੀ, ਉਹਦੇ ਕੋਲੋਂ ਗਾਲ ਸੁਣਨੀ ਚਾਹੁੰਦਾ, ਇਹਨਾਂ ਨੇ ਬੂਹੇ ਤੇ ਲਿਖਵਾਇਆ ਕੀ, ਕੁੰਡੀ ਨਾ ਖੜਕਾ ਸੋਣੇ ਸਿੱਧਾ ਹੀ ਅੰਦਰ ਆ, ਮੁੜ ਕੇ ਅੰਦਰ ਚਲੇ ਗਏ, ਪਲੰਗ ਤੇ ਲਿਖਿਆ ਗੜਵੀ ਦੁੱਧ ਵਾਲੀ ਇੱਕੋ ਡੀਕ ਚ ਪੀ ਜਾ। ਪੈਟਰੋਲ ਪੰਪ ਦੇ ਬੱਤੀਆਂ ਬਲਦੀਆਂ ਹੁਣ ਉੱਥੇ ਦੁਆ ਮੰਗਣ ਲੱਗ ਪੈਂਦੇ ਨੇ, ਯਾ ਪੈਟਰੋਲ ਸਾਈਂ
तेरे को कल सुपर लिया अज रेगुलर तेरे ये वो लोग ने इन्हों का बेड़ा कर दिया है और गाना सुन लेंगे देखो सुना दे फिर गाना कोई केड़ा सुना चाहना हां केड़ा तू आसानी नाल गा ले जो तन पसंद है हां जो पसंद है सुन ले उन्हें केड़ा सही सुनाना है हां वैसे बेचारी का निकाह भी नहीं हो सकता क्यों बोल सारे कहना को कबूल है आ चल जा जा हम आ जाते ओ जुबान दी थथली है कल से पता चलना मैं ओ जुबान दी थथली है हां बाकी अल्लाह का शुक्र है हां मैं क्या तुसी इंज करो कल 12 बजे आना मैं तनु गाना सिखावांगा पूरे 12 बजे आवांगी मैं पूरे 12 बजे चलवे चल सच्चे हो नहीं चल तू शर्मियां दी औरत ना मथा लाना पेंडुआ ओए बाहर निकलो कुत्ते दे पुत्र की रोना पाया थे मैं तो कुछ तो कौन है तू पेंडुआ सदके कौन है पेंडुआ ते तू कौन है भाई मैं तेरा प्यो हूं ਇਹ ਕੀ ਮੂੰਹ ਤੇ ਲਾਇਆ ਓਏ ਆ ਬਾਲਕ ਦਾ ਪੁੱਤਰ ਹੀ ਐਵੇਂ ਕਿਤੇ ਭੁੱਲ ਕੇ ਮਥਾ ਲਾ ਲਈ ਪੁੱਤਰ ਹੋਸ਼ ਕਰ ਤੇ ਹਾਂ ਮੈਂ ਬਾਲਕ ਦਾ ਪੁੱਤਰ ਹੀ ਤੂੰ ਕੀ ਸਮਝ ਗਿਆ ਜੀ ਐਵੇਂ ਕਿਤੇ ਤੇਰਾ ਪੁੱਤਰ ਨਾ ਸਮਝ ਲਈ ਉਹ ਕੱਲੇ ਨਾ ਕੱਲਾ ਉਹ ਮੈਂ ਤਾਂ ਦੱਸਾਂ ਉਹ ਕੱਲੇ ਨਾ ਕੱਲਾ ਵੀ ਨਹੀਂ ਆਵੇਗਾ ਮੇਰੇ ਨਾਲ ਗੱਲ ਕਰ ਅੱਜ ਤੂੰ ਮਾਲਕ ਹੈ ਤੂੰ ਕੀ ਸਲਵਾਰ ਸੁਪਨੇ ਪਾਈ ਨਾ ਖਰਾਬ ਦੇ ਚੱਲ ਨਿਕਲ ਉਹ ਮੇਰੀ ਗੱਲ ਸੁਣਾ ਐਡਾ ਵਧੀਆ ਹੋਟਲ ਬਣਾਇਆ ਤੁਸੀਂ ਮਾਲਕ ਹੋ ਆਹੋ ਤੇ ਉਹ ਬਹਿਣ ਵਾਲੀ ਜਗ੍ਹਾ ਬਣਾਈ ਤੁਸੀਂ ਕਿਉਂ ਜੀ लालो लाल ही मेनू एक मशवरा दे यार मैं मुसीबत फसिया मैं पेंडू बंदा मैं मेरी प्रॉब्लम चो कर दे दस बी सुरखी लाई दी ਕਿਹਦੀ ਲਾਣੀ ਆਪਣੀ ਬਹੁਤੀ ਦੀ ਤੇ ਮੈਨੂੰ ਨਾ ਚੱਲ ਸੁਰਖੀ ਕੀ ਮੈਂ ਤਾਂ ਕੰਨਾਂ ਤੋਂ ਡਿਸਟੈਂਪਰ ਲਾ ਦਿੰਦਾ ਵਾ ਸੁਰਖੀ ਲੈ ਕੇ ਆ ਗਿਆ ਮੈਂ ਕਿਹਾ ਮੈਂ ਸੁਰਖੀ ਦਾ ਪੁੱਛਿਆ ਜੀ ਮੈਂ ਕਿਹਾ ਭੈਣ ਮੇਰੀ ਕੇ ਜੀ ਭਰਾਵਾ ਤੂੰ ਤਾਂ ਸੁਰਖੀ ਲੁਹਾਉਂਦੀ ਰਹਿੰਦੀ ਹੈ ਦੱਸ ਵੀ ਸੁਰਖੀ ਕਿਵੇਂ ਲੈਂਦੀ ਆ ਆਪਣੇ ਕੋਲੋਂ ਲੈਣ ਨਹੀਂ ਰਹੀ ਹੁਣ ਕਦੇ ਲੁਹਾਉਂਦੀ ਰਹਿੰਦੀ ਹੈ ਸਾਡੇ ਮੁਕਦਰਾਂ 'ਚ ਕਦੋਂ ਹੋਈ ਅਸੀਂ ਸੁਰਖੀ ਲੈਣੀ ਹੈ ਅਸੀਂ ਇਹੋ ਜਿਹਾ ਕੰਮ ਹੀ ਨਹੀਂ ਅਸੀਂ ਇਹੋ ਜਿਹਾ ਕੰਮ ਕਰਨਾ ਨਾ ਹੁਣ ਹੱਸਦੀ ਰਹਿੰਦੀ ਹੈ ਵਿਆਹ ਤੇਰੇ ਨਾਲ ਹੀ ਕਰਨਾ ਸੱਚੀ ਕਿਉਂਕਿ ਮੇਰੇ ਦੋਸਤ ਕਹਿੰਦੇ ਨੇ ਕਿ ਸੌਦਾ ਇੱਕੋ ਜਿਹਾ ਬੱਚੇ ਕਿੱਡੇ ਸੋਹਣੇ ਹੋਣਗੇ ਸਾਡੇ ਜ਼ਾਹਿਰ ਅਸੀਂ ਸੋਹਣੇ ਸਾਡੇ ਬੱਚੇ ਸੋਹਣੇ ਨਹੀਂ ਬੱਚੇ ਡੱਬ ਖੜਬੇ ਹੋਣਗੇ ਕੀ ਮਤਲਬ ਕੁਛ ਲੱਗਣਗੇ ਹਾਥੀਆਂ ਦੇ ਬੱਚੇ ਨੇ ਕੁਛ ਲੱਗਣਗੇ ਸੰਡੇ ਦੇ ਬੱਚੇ ਨੇ ਮੈਂ ਕਿਹਾ ਇਹ ਕਿਨੇ ਭੇਜਿਆ ਬੇਤੁਕਾ ਐ ਮੁਸਲਮਾਨ ਹੀ ਹੈ ਜੀ ਅਲਹਮਦੁਲਿਲਾ ਸੁਲਾਈ ਮਾਰ ਲੈ ਸੁਲਾਮ ਇੱਥੇ ਮੈਂ ਰੋਣਾ ਖੋਲ ਲਿਆ ਸੁਲਾਮ ਮਾਰ ਲੈ ਆਪਣਾ ਗੱਲ ਸੁਣੋ ਜੀ ਬਿੱਲੇ ਮੈਂ ਟੈਕਸੀ ਤੇ ਆਈ ਆ ਤੂੰ ਜ਼ਰਾ ਫਾਰਾ ਕਰੋ ਕੁੱਤੇ ਪੈਸੇ ਨਹੀਂ ਹਜ਼ਾਰ ਹਜ਼ਾਰ ਦੇ ਨੋਟ ਨਹੀਂ ਮੇਰੇ ਕਿੱਡੀ ਸੋਹਣੀ ਲੱਗਣ ਦੀ ਇਮਾਨ ਨਾਲ ਵਾਹ ਵਾਹ ਕਿੰਨੇ ਨੋਟ ਨੇ ਹਜ਼ਾਰ ਹਜ਼ਾਰ ਦੇ ਨੋਟ ਮੇਰੇ ਕੋਲ 5-5 ਹਜ਼ਾਰ ਦੇ ਨੋਟ ਨੇ ਬਾਣੀ ਨਹੀਂ ਮਿਲਦਾ ਜਿੱਧਰ ਜਾਓ ਟੈਕਸੀ ਤੇ ਹਾਂ ਜੀ ਫਾਰਾ ਕਰੋ ਓਏ ਆਪਣਾ ਜਾਜੀ ਜੀ ਆ ਜਾਓ ਬੇਟਾ ਆ ਵੇਖੋ ਜ਼ਰਾ ਅੰਦਰ ਹੀ ਭੇਜ ਦਿਓ ਤੇਰੀ ਵੱਡੀ ਭਰਜਾਈ ਹੈ ਉਹ ਅੱਛਾ ਸਭ ਤੋਂ ਵੱਡੀ ਹੈ ਅੱਛਾ ਜੀ ਤੁਸੀਂ ਇਸ ਨਾਲ ਕਰੋ ਟੈਕਸੀ ਤੇ ਆਏ ਨੇ ਜਰਾ ਟੈਕਸੀ ਵਾਲੇ ਨੂੰ ਫਾਰਗ ਕਰ ਦਿਓ ਤੇ ਟੈਕਸੀ ਦੇ ਉੱਤੇ ਖੁਦ ਆਏ ਜੀ ਹੈ ਤੇਰਾ ਪੇੜਾ ਤਰਜ ਟੀਨਾ ਜੀ ਜੀ ਕਹਿੰਦੇ ਇਹ ਟੀਨਾ ਜੀ ਆ ਮੇਰਾ ਮੈਨੇਜਰ ਹੈ ਐਸੀ ਕੋਈ ਗੱਲ ਨਹੀਂ ਤੁਸੀਂ ਬੈਠੋ ਮਾਸ਼ਾਅੱਲਾ ਜੀ ਜੀ ਆਖਰੀ ਨੂੰ ਆ ਰਹੇ ਕੀ ਕੋਈ ਆਇਆ ਬੈਠੋ ਇੱਥੇ ਜਰਾ ਆਈ ਤੇ ਤੁਸੀਂ ਠੀਕ ਨਹੀਂ ਲੱਗਣ ਦੇ ਮੈਂ ਮੈਕਡੋਨਲਡ ਚਲਾ ਗਿਆ ਥਾ ਜ਼ਰਾ
ਛੋਲਿਆਂ ਨਾਲ ਵੀ ਬਾਤ ਆ ਰਹੀ ਹੈ। ਮੈਂ ਕਿੱਧਰ ਜਾਵਾਂ ਹੁਣ? ਹਾਂਜੀ ਇਹ ਤੇ ਏਡੀ ਸੀ, ਇਸ ਤਰ੍ਹਾਂ ਕਿਵੇਂ ਹੋ ਗਈ? ਇਹ ਦੂਸਰੀ ਆ। ਹਾਂ ਦੂਸਰੀ ਆ, ਵੈਰੀ ਗੁੱਡ ਯਾਰ। ਏਡੀ ਛੇਤੀ ਸ਼ਹਿਰ 'ਚ ਖੁਸਰਾ ਨਹੀਂ ਲੱਭਦਾ ਜਿੱਡੀ ਛੇਤੀ ਤੋਂ ਆਟੋ ਖੁਸਰਾ ਨਹੀਂ ਲੱਭਦਾ। ਔਰਤਾਂ ਨੇ ਔਰਤਾਂ, ਇਹ ਜ਼ਿੰਦਗੀ ਹੈ, ਇਹ ਜ਼ਿੰਦਗੀ ਹੈ। ਆਈ ਲਵ ਯੂ। ਇਹ ਲੋਕ ਪਾਗਲ ਲੋਕ ਹੈ ਇੱਧਰ ਠਹਿਰੇ ਹੋਏ ਹੈ। ਆਪ ਇਨਕੋ ਛੋੜੇ, ਆਪ ਮੁਹੱਬਤ ਕੀ ਬਾਤ ਕਰੇ। ਅੱਛਾ ਬਤਾਈਏ ਸ਼ਾਦੀ ਕਬ? ਸ਼ਾਦੀ ਹਮ ਕਰ ਲੇਗੇ ਅਗਲੇ ਮਹੀਨੇ। ਅੱਛਾ। ਕਿਉਂਕਿ ਮੈਨੇ ਮਹੂਰਤ ਨਿਕਲਵਾਇਆ ਥਾ, ਮੇਰੀ ਵਾਲਦਾ ਨੇ ਕਿਹਾ ਕਿ ਬੱਚੇ ਜ਼ਰਾ ਲੰਮੇ ਲੰਮੇ ਹੋਣੇ ਚਾਹੀਦੇ ਨੇ। ਮੇਰਾ ਇੱਕ ਲੰਮੀ ਕੁੜੀ ਲੱਭੀ ਹੈ, ਮੈਂ ਇਨਸ਼ਾਅੱਲਾ ਕਾਫੀ ਲੰਮੇ ਬੱਚੇ ਹੋਣਗੇ। ਈਦ ਨੂੰ ਬਸੰਤ ਨੂੰ ਗੁੜੀਆਂ ਲੁੱਟਾ ਕਰਾਂਗੇ। ਆਈ ਲਵ ਯੂ ਬਿੱਲੇ, ਐਸੀ ਕਿਹੜੀ ਗੱਲ ਹੈ? ਆਈ ਲਵ ਯੂ ਓ ਬਿੱਲੇ। ਅੱਛਾ ਬਾਤ ਸੁਣੀਏ, ਆਪਕੋ ਗਾੜੀ ਮੈਨੇ ਲੈ ਕੇ ਦੀ ਸੀ ਇੱਕ ਛੋਟੀ ਸੀ। ਅਰੇ ਹਾਂ ਮੈਨੂੰ ਯਾਦ ਹੈ, ਉਸਤੇ ਪੈਟਰੋਲ ਖਤਮ ਹੋ ਗਿਆ। ਤੁਸੀਂ ਪੈਟਰੋਲ ਡਲਵਾ ਦੇ ਔਰ ਥੋੜਾ ਸਾ ਬਿੱਲ ਹੈ 35000। ਅੱਛਾ 35000 ਵੀ ਮੈਂ ਦੇਣਾ ਤੇ ਪੈਟਰੋਲ ਵੀ ਮੈਂ ਪਵਾਉਣਾ। 35000 ਭੇਜ ਦਿਓ। ਜਾ ਜੀ ਆਈ ਆ ਜਾ ਬੇਟਾ। ਓਕੇ ਮੈਂ ਨਹੀਂ ਆਣਾ, ਉਹਨੂੰ ਆ ਕੇ ਸਮਝਾਓ। ਓਏ ਅੱਜ ਤੱਕ ਤਾਂ ਕੀ ਸਮਝਾਓ ਹਾਂ ਆਈ ਤੇ ਮੈਂ ਨਹੀਂ ਐਵੇਂ ਠੀਕ ਹੈ ਭੇਜ ਦਿਓ। ਕਿਆ ਓਏ ਖਰੀਦ ਖਰੀਦ ਕੇ ਲਿਆ ਰਿਹਾ ਗਿਆ। ਨਹੀਂ ਉਹ ਕਹਿ ਰਹੇ ਨੇ, ਮੈਂ ਤੇ ਨਹੀਂ ਐਸਾ। ਬੈਠੋ ਤੁਸੀਂ, ਅੱਜ ਤੇ ਤੁਸੀਂ ਤੀਸਰੀ ਆਏ ਹੋ। ਰਾਜੀ ਮੈਂ ਤਾਂ ਦੱਸਾਂ, ਮੈਂ ਤੁਹਾਨੂੰ ਪੂਰਾ ਹੋਟਲ ਕਹਾਣਾ ਕਹਣਾ। ਮੈਂ ਤੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ, ਤੁਸੀਂ ਹਸਪਤਾਲ ਕਿਉਂ ਗਏ? ਸਾਰੀਆਂ ਗੱਲਾਂ ਬਾਹਰ ਕਿਉਂ ਗਈਆਂ? ਦਾਈ ਦਾ ਪੁੱਤਰ ਨਹੀਂ ਬਾਜ਼ ਆ ਰਿਹਾ, ਇਹ ਬਾਰ ਬਾਰ ਆ ਰਿਹਾ। ਭਾਈ ਜੀ ਇਹ ਵੀ ਇਹ ਤੀਸਰਾ ਕੰਮ ਹੈ ਇਹ। ਵੈਸੇ ਤੂੰ ਇੰਨੀਆਂ ਕੁੜੀਆਂ ਇਕੱਠੀਆਂ ਕੀਤੀਆਂ, ਤੇਰਾ ਕਾਰੋਬਾਰ ਕੀ ਹੋ? ਮੈਂ ਨਹੀਂ ਆਪਣਾ ਆਪਣਾ ਕੰਮ ਹੁੰਦੇ ਨੇ ਨਾ ਸਾਡਾ ਪਤਾ ਆ ਰਿਹਾ। ਮੈਂ ਕਿਹਾ ਗੱਲ ਸੁਣੋ, ਇਹ ਜਿਹੜੀ ਸੁਰਖੀ ਹੁੰਦੀ ਆ ਇਹ ਦਵਾਈ ਖਾਣ ਤੋਂ ਪਹਿਲੇ ਜਾਂ ਦਵਾਈ ਤੋਂ ਬਾਅਦ? ਮੈਂ ਹਕੀਮ ਦਾ ਪੁੱਤਰ ਆ। ਭਾਈ ਕੀ ਹੈ? ਉਹ ਕੰਜਰ ਨੂੰ ਸਮਝਾ। ਕਿਉਂ? ਉਹ ਬਾਰੀ ਨਹੀਂ ਦੇਣ ਡਿਆ। ਮੈਂ ਕਿੱਠੀ ਕਰ ਕਰਕੇ ਥੱਕ ਗਿਆ। ਉਹ ਬੁੱਲੇ ਤੁਸੀਂ ਲੁੱਟਣ ਡਿਆ, ਉਹ ਬਾਰੀ ਦਿਆ ਕੰਜਿਆ। ਉਹ ਐਕਚੁਅਲੀ ਤੁਹਾਡੀ ਬੜੀ ਮਿਹਰਬਾਨੀ ਕੋਈ ਨੀ, ਉਹ ਜੱਜ ਦੀਆਂ ਮੋਜਾਂ ਲੱਗੀਆਂ ਬੈਠੋ। ਆਪਣਾ ਅਸੀਂ ਹੀਰ ਰਾਂਝਾ ਹੀ ਲੱਗ ਰਹੇ ਹਾਂ। ਤੁਸੀਂ ਹੀਰ ਲੱਗ ਰਹੇ? ਬਾਜੀ ਮੈਂ ਰਾਂਝਾ, ਬੜਾ ਜ਼ਲੀਲ ਜਿਹਾ ਰਾਂਝਾ ਹੋਇਆ ਅੱਜ। ਰਾਂਝਾ ਕਾਰੀਗਰ ਨੀ ਲੱਗਦਾ। ਮੈਂ ਬੜਾ ਕਾਰੀਗਰ ਆ, ਉਹ
गंद भी खा जाना तेरी कड़ी ऐडा बगैरत आदमी गोहे ते खंड पा दे भी खा जाता नहीं थी गुलकंद जो मैं खा गया उधर मुंह रख उन्होंने सजा दे पैसे खर्च के वेखण की आए नहीं थी गुलकंद जो मैं खा गया अजी सारे मुसलमान अपने घर बारो गुंडी ला गया लाई थी गुलकंद जो मैं खा गया गौर नाल वेख तेरी भैन दा खत्म आ गया लाई थी गुलकंद जो मैं खा गया चौधरी तुहाडी जमीन है ना आहो मेरा अब्बा वाह गया लो जी उस्ताद ने फरमाया वे उस्ताद दा जिक्र ना कर कुत्ते दे पुत्तर फरमाई जा अर्ज कीता जी अर्ज कीता जी अर्ज किया है तू अर्ज क्यों कर रहा है तू हुक्म कर 800 दा तेरा गोया वेख जांदा लाई थी गुलकंद जो मैं खा गया इन 18 फिर ना कहना कोई गंद पा गया लाई थी गुलकंद जो मैं
यार ये बच्चा बहुत खा रहे हैं रोको यार यार मेरी मर्जी मैं तेरी मर्जी खा लाई थी गुलकंद जो मैं खा गया उसके खा रहा है तेरे की मरण दे इतने बैठा है तेरी बहन को चंगड़ फसा गया लाई थी गुलकंद जो मैं खा गया इधर तक किसी ओवर टाइम लाया इधर कोई काम भी मगरों ला गया लाई थी गुलकंद जो मैं खा गया जिन्ना के टाइम सी ठीक आ गया अपनी आवाज इंज जी रेहड़ी के उ केसर नहीं लगी होंगी दो रुपए दे दिया तो सोडा वाटर पीते हो दो रुपए दे दिया तो सोडा वाटर कोई समझ नहीं आई बेटा तेरी तू लिया की उस्ताद बना फरमाया तेरे उस्ताद मैं तो कोई जानो को उस्ताद तो नहीं जिक्र करता आड़ा आड़ा चे चे चीड़े मन उस्ताद तू कर समझा ना लाई थी गुलकंद भाई 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 लाई लाई थी गुलकंद जो मैं खा गया जरकान वाला जानवर आ गया इन गुलकंद ना खा ठंडी होंगी लाई थी गुलकंद जो मैं खा गया मेरी भैन नु बदनाम करना ना आया लाई थी गुलकंद जो मैं खा गया जुलूस ते इथो लंघिया कोई नहीं ये टायर कौन जला गया अपना साबन कुमार साहब अर्ज करो लाई थी गुलकंद जो मैं खा गया लाई थी गुलकंद जो मैं खा गया यार वो बंदा लतो जेड़ा ये काम खा गया लाई थी गुलकंद जो मैं खा गया आड़ 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 लाई थी गुलकंद जो मैं खा गया जाजी मां सुना तेरी भैन दे केस को नवा जाज आ गया लाई थी गुलकंद जो मैं खा गया वाजी वाह लाई थी गुलकंद जो मैं खा गया ओ बंदा तो भैन ने मरवाया सी तेरी टिंड कौन करा गया ये बहुत ज्यादा जी उस्ताद ने फरमाया वे लाई लाई थी गुलकंद जो मैं खा गया जानती अली लाम थी मैनू भी एक ला गया या जी लाई थी गुलकंद जो मैं खा गया पिछे पठान नू कमरा दिता ना उथे चला जाइएगा I can't understand. I'm manager of this hotel. Are you manager? Oh, yes. But I can't understand your talking. I'm talking now, you say. Your language is I'm understand. Yeah. Okay, who is he? Adi? Who are you? Who is the Khasam ji? Are you Khasam? Are you Khasam and Pendu Turiya Rendar Tunnan? This is Khasam. Oh, you're so not
ਕਾਠੀ ਹਾਂ ਜੀ ਖਸਮ ਇਹ ਸੁਰਖੀ ਅਸੀਂ ਲਾਉਨੇ ਆ ਆਖੇ ਪਰਨੀ ਨਹੀਂ ਸਪੇਂਡੂ ਇਹ ਪੇਂਡੂ ਅੰਗਰੇਜ਼ ਹੋ ਤੁਸੀਂ ਅੰਗਰੇਜ਼ ਇਹ ਤੇ ਕੰਮ ਸਿਖਾਉਂਦੀ ਆ ਇਹਨੂੰ ਦੱਸੋ ਵੀ ਇਹ ਸੁਰਖੀ ਕਿਵੇਂ ਲੈਂਦੀ ਆ ਦਿਸ ਇਜ਼ ਰੈਡ ਐਂਡ ਕਲਰ ਦਾ ਰੈਡ ਐਂਡ ਪੂੰਜਣ ਕਿਵੇਂ ਪੂੰਜਣ ਇਸ ਇਜ਼ ਲਿਫਟ ਐਂਡ ਸਟਿਕਸ ਐਂਡ ਮੂਵ ਵਾਸ਼ਿੰਗ ਵਾਸ਼ ਆਮ 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 ਅੰਗਰੇਜ਼ੀ ਫਿਲਮ ਲਾਈ ਆ ਉਹਦੀ ਸਮਝ ਨਹੀਂ ਲੱਗਣ ਦੀ ਵੀ ਇੱਕ ਕੁੜੀ ਆ ਪੰਜ ਛੇ ਮੁੰਡੇ ਆ ਘਰੌੜਾ ਜਿਹਾ ਪਿਆ ਸਮਝਾਓ ਯਾਰ ਕੀ ਬੋਲਦੇ ਆ ਮਿਸਟਰ ਆਈ ਡਿਡਨਟ ਅੰਡਰਸਟੈਂਡ ਯੂਰ ਟਾਕਿੰਗ ਆਪ ਕੇ ਸਮਝਾਓ ਨਾ ਕਿਵੇਂ ਥੋੜਾ ਕਰਾਓ ਨਾ ਨਹੀਂ ਪਿਕਚਰ ਫਿਲਮ ਫਿਲਮ ਪਿਕਚਰ ਵਾਈ ਦਿਸ ਐਨ ਨੋ ਐਂਡ ਸਾਊਂਡ ਨੋ ਸਾਊਂਡ ਸਾਇਲੈਂਸ ਮੂਵੀ ਸਾਇਲੈਂਸ ਮੂਵੀ ਐਂਡ ਨਿਰਾ ਝਗੜਾ ਬਸ ਝਗੜਾ ਆ ਯੈਸ ਵਾਟ ਝਗੜਾ ਝਗੜਾ ਬਸ 6-7 ਹੀ ਰਹਿੰਦੇ ਨੇ ਰਫੜ ਜੇ ਪਿਆ ਹੁੰਦਾ ਰਫੜ ਓਕੇ ਵਟ ਮੀਨ ਇਸ ਪੇਂਡੂ ਆਓ ਪੇਂਡੂ ਦਿਸ ਪ੍ਰੋਬਲਮ ਐਂਡ ਸਦਰਿਓ ਪਾਰ ਪੇਂਡੂ ਪੇਂਡੂ ਆ ਰਾਈਟ ਹੈਂਡ ਐਂਡ ਛੱਪੜ ਛੱਪੜ ਪਿੰਡ ਪਿੰਡ ਛੱਪੜ ਆ ਮੂਫ ਐਂਡ ਵਾਟਰ ਦਿਸ ਮੱਜ ਮੱਜ ਵਟ ਮੀਨ ਇਸ ਮੱਜ ਆਓ ਮੱਜ ਇਜ਼ ਅ ਵੈਰੀ ਬਿਊਟੀਫੁਲ ਆਈਜ਼ ਐਂਡ ਬਿਗ ਆਈਜ਼ Oh, your mean is beautiful name. That, you are much. thank you. You are also very beautiful. You are much. Yes. This is Kata. Kata. Kata? This is Kata. I am Sanda. Sanda. Sanda, what mean is Sanda? Sanda, pure pindi chikala hunda. What? Ahdi ahdi hunda, jama pindi chikala hunda. ਇਹ ਸੰਡਾ ਮੱਝਾਂ ਦਾ ਕਾਉਂਸਲਰ ਹੁੰਦਾ ਬੜੀ ਬੜੀ ਦੂਰੋਂ ਲੋਕ ਆਉਂਦੇ ਫੈਸਲਾ ਕਰਾਉਣ No. Oh, this main gate is open. Sorry, Mr. Sorry. This is Toti. And pichle kinya saala to nahi Toti. Nahi Toti. Okay, kehdi gal hai idhar sauke ho ja tu. Angrezi. What are you talking about? Toka ithe kise toka pend hunda. ਹਕੂਮਤ ਕੀਤੀ ਅੱਜ ਬਦਲੇ ਦੇ ਨਾਮ ਆ ਚੱਲ ਹਾਂ ਕਿਤੇ ਪਿੰਡ ਤੈਨੂੰ ਆ ਸੁੱਟ ਕੋਈ ਪਤਾ ਨੀ ਹੁੰਦਾ ਮੋਬਾਈਲ ਚ ਫੋਨ ਕਿਵੇਂ ਕਰੀਦਾ ਇਹ ਮੋਬਾਈਲ ਫੋਨ ਲੈ ਕੇ ਸਿਰੇ ਸਿਰੇ ਪਿੰਡ ਚਲੇ ਜਾਂਦੇ ਨੇ ਵੱਟੋ ਵੱਟ ਉੱਥੇ ਬਹਿ ਕੇ ਕਾਲ ਮਲਾਈ ਹੁੰਦੀ ਹੈ ਹੈਲੋ ਧੰਨੇ ਦਾ ਵਿਆਹ ਕਰਨਾ ਚੰਨ ਦੀ 14 ਨੂੰ ਮਾਹੌਲ ਹੀ ਬਣਾ ਲਿਆ ਯਾਰ ਤੁਸੀਂ ਵੱਡੇ ਸ਼ਹਿਰ ਗਏ ਮੁਸਲਖਾਨੇ ਚ ਚਲਕ ਕੇ ਮਰਨ ਵਾਲੇ
ਆ ਚਲਾ ਜਾ ਮੰਜੀ ਖੜੀ ਕਰਕੇ ਨਹਾਉਣ ਵਾਲੇ ਹੋ ਔਰ ਮੰਜੀ ਵੀ ਉਹ ਖੜੀ ਕੀਤੀ ਹੁੰਦੀ ਜਿਹੜੀ ਉਹਨਾਂ ਵਾਲੀ ਹੁੰਦੀ ਹੈ ਉਹ ਜਦੋਂ ਦਾ ਆਇਆ ਨਾ ਉਹ ਗੁਸਲਖਾਨੇ ਚ ਚੀਨੀ ਦਾ ਭਾਂਡਾ ਬਣਿਆ ਉਹਦੇ ਜਪਾਨੀ ਪਾਲ ਠੰਡੇ ਕਰਨ ਡਿਆ ਸਾਨੂੰ ਕੀ ਪਤਾ ਇਹ ਸਿੱਧੇ ਬੰਦੇ ਆ ਸਿੱਧੇ ਬੰਦੇ ਤਾਂ ਸਿੱਧਾ ਰਿਹਾ ਕਰੋ ਅੱਜ ਤੋਂ ਮੈਂ ਵੀ ਛੱਤ ਭਾਰਤੀ ਆਪ ਜਵਾਨ ਹੁੰਦਾ ਪੱਲਿਓ ਪੈਸੇ ਦੇ ਕੇ ਮੇਲਿਆਂ ਚ ਵੇਲ ਚੁੱਕਦਾ ਤੇ ਖੋਤਾ ਉਸਲੇ ਬਣਦਾ ਹੀ ਜਿਸਲੇ ਉਹਦੇ ਤੇ ਔਲਾਦ ਦਾ ਬੋਝ ਪੈ ਜਾਂਦਾ ਤੇ ਕੁੱਤਾ ਉਸਲੇ ਬਣਦਾ ਹੀ ਇਨਸਾਨ ਦਾ ਜਿਸਮ ਬੇਕਾਰ ਹੀ ਅੱਖ ਕੰਨ ਤੇ ਜ਼ਬਾਨ ਜ਼ਬਾਨ ਨਾ ਹੋਵੇ ਤੇ ਕੁਰਾਨੇ ਪਾਕ ਨਹੀਂ ਪੜਿਆ ਜਾਂਦਾ ਕੰਨ ਨਾ ਹੋਣ ਤੇ ਰੱਬ ਦੀ ਅਜ਼ਾਨ ਨਹੀਂ ਸੁਣੀ ਜਾਂਦੀ ਅੱਖ ਨਾ ਹੋਵੇ ਤੇ ਖਾਨਾ ਕਾਬਾ ਦਾ ਦੀਦਾਰ ਨਹੀਂ ਕੀਤਾ ਜਾਂਦਾ ਇਹੋ ਜਿਹੀਆਂ ਗੱਲਾਂ ਕਰਨ ਵਾਲਾ ਭਾਈ ਜੀ ਇਹਨੇ ਮੈਨੂੰ ਸੁਰਗੀ ਦੇ ਚੱਕਰ 'ਚ ਪਾਇਆ ਮੈਂ ਸੁਰਗੀ ਕਿੱਥੋਂ ਲਾਵਾਂ ਇੱਥੇ ਤਾਂ ਜਹਾਜ ਗਰਕ ਹੋ ਜਾਂਦੀ ਆ ਮੈਂ ਕੀ ਕਿਹਾ ਵਾ ਇੱਧਰ ਆ ਮੇਰੇ ਦਿਲ 'ਚ ਇੱਕ ਆਈਡੀਆ ਆਇਆ ਪੁੱਛਣਾ ਕਰ ਭੈਣ ਮੇਰੀ ਤੂੰ ਨਾ ਆਪਣੀ ਸੁਰਗੀ ਕਿਸੇ ਹੋਰ ਕੋਲ ਲਵਾ ਲੈ ਹਾਂ ਤੂੰ ਕਿੱਥੇ ਲਾਣੀ ਤੂੰ ਤਾਂ ਖੁਸਰਿਆਂ ਕੋਲੋਂ ਜੁੱਤੀਆਂ ਖਾਨਾ ਇੱਧਰ ਮੇਰੀ ਜਾਨ ਤੇ ਬਣੀ ਤੈਨੂੰ ਪਤਾ ਨਹੀਂ ਪਿੱਛੋਂ ਪਠਾਨ ਤੰਗ ਕਰਨ ਡਿਆ ਮੇਰੀ ਗੱਲ ਸੁਣ ਤੂੰ ਆਪਣੀ ਸੁਰਖੀ ਇਤਰਾ ਕਰ ਆ ਸੱਠਾਂ ਨੂੰ ਕਹਿ ਲਾ ਦਿੰਦੇ ਹੁੰਦੇ ਚਲੀਏ ਤੂੰ ਇਹ ਨਾ ਸੋਚਿਆ ਕਿ ਔਰਤ ਕੋਲ ਸਿਰਫ ਇੱਜ਼ਤ ਹੀ ਤੇ ਹੁੰਦੀ ਹੈ
ਅੱਜ ਅਹਿਸਾਸ ਹੋਇਆ ਕਿ ਜਿਹੜੀਆਂ ਧੀਆਂ ਆਪਣੇ ਮਾਂ ਪਿਓ ਦੀ ਇੱਜ਼ਤ ਗਲੀ ਗਲੀ ਰੋਲਦੀਆਂ ਨੇ ਮੇਰੀ ਤਰ੍ਹਾਂ ਇੱਕ ਦਿਨ ਆਪ ਵੀ ਗਲੀਆਂ ਦੇ ਕੱਖਾਂ ਵਾਂਗੂ ਰੁਲ ਜਾਂਦੀਆਂ ਨੇ ਮੇਰਾ ਕੋਈ ਸਹਾਰਾ ਨਹੀਂ ਸਹਾਰਾ ਕਿਉਂ ਨਹੀਂ ਯਾਰ ਮੈਂ ਭੈਣ ਬਣਾਉਣ ਲੱਗਾ ਤੁਸੀਂ ਐਵੇਂ ਚੱਲ ਤੂੰ ਅੱਜ ਤੋਂ ਮੇਰੀ ਭੈਣ ਹੈ ਬਣਾ ਦਿੱਤਾ ਜਾਂਦਾ ਭੈਣ ਭੈਣ ਲੱਭ ਗਈ ਆਕੜੀ ਨਾ ਕੰਸਾ ਕਰ ਲਓ ਜੀ ਹੋਟਲ ਹੀ ਤੇ ਹੈ ਕੋਈ ਕੀ ਚੁੱਕਿਆ ਜੇ ਇੱਥੋਂ ਮੇਰੀ ਸਲਾਹ ਦੇ ਮੁਤਾਬਕ ਤੁਹਾਡੇ ਹੋਟਲ ਦੇ ਵਿੱਚ ਇੱਕ ਮੁਜਰਮ ਆਇਆ ਨਾ ਜੀ ਇੱਥੇ ਕੋਈ ਮੁਜਰਮ ਨਹੀਂ ਸੀ ਜਨਾਬ ਕੀ ਮੈਂ ਗੱਲ ਕਰਦੇ ਇਸ ਹੋਟਲ ਦੇ ਵਿੱਚ ਮੁਜਰਮ ਲਾਜ਼ਮੀ ਸੀ ਚਲੋ ਕਮਰੇ ਤੋਂ ਅਸੀਂ ਗੱਲ ਸੁਣੋ ਸਰ ਤੁਸੀਂ ਚੈੱਕ ਕਰ ਲਓ ਬਿਸ਼ੱਕ ਜਾ ਕੇ ਚਲੋ ਜਾ ਕੇ ਚੈੱਕ ਕਰ ਮੈਨੂੰ ਇਹਦੇ 'ਤੇ ਸ਼ੱਕ ਹੈ ਉਹਨੇ ਜੀ ਇਹਦੇ 'ਤੇ ਕੋਈ ਸ਼ੱਕ ਕਰਨਾ ਨਹੀਂ ਕਹਿੰਦੇ ਇਹਦੇ ਵਿਚਾਰਾ ਸਾਬਣ ਖਰੋਸ਼ ਮੇਰੇ ਖਿਆਲ ਯਾਰ ਗੱਲ ਸੁਣ ਇੰਨਾ ਸਾਬਣ ਤੂੰ ਸਾਡੇ ਕੋਲ ਲੈ ਗਿਆ ਉਹ ਕਰਨਾ ਕੀ ਉਹਦਾ ਉਹ ਸਾਬਣ ਜਨਾਬ ਸਾਬਣ ਜਿਹੜੀ ਹੈ ਸਾਬਣ ਇਕੱਠੇ ਕਰਨਾ ਮੇਰੀ ਹੋਬੀ ਹੈ ਇਹ ਲੋਕਾਂ ਨੂੰ ਸ਼ੌਕ ਨਹੀਂ ਹੁੰਦਾ ਟਿਕਟਾਂ ਇਕੱਠੀਆਂ ਕਰਨ ਦਾ ਸਿੱਕੇ ਇਕੱਠੇ ਕਰਨ ਦਾ ਮੈਨੂੰ ਸਾਬਣ ਇਕੱਠੇ ਕਰਨ ਦਾ ਸ਼ੌਕ ਮੇਰੀ ਤਾਂ ਬੈਠਕ ਭਰੀ ਕੀ ਮਤਲਬ ਤੂੰ ਇੰਨੇ ਸਾਬਣ ਨਾਲ ਕਰਨਾ ਕੀ ਚਾਹੁੰਦਾ ਇਹ ਮੈਂ ਬਾਅਦ ਹੀ ਦੱਸਾਂ ਉੱਥੇ ਮੇਰਾ ਮਤਲਬ ਬੈਠਕ ਵੀ ਭਰੀ ਸਾਬਣ ਸਾਡੇ ਕੋਲੋਂ ਵੀ ਸਾਬਣ ਲੈ ਗਿਆ ਉਹ ਇਹ ਸਾਬਣ ਦਾ ਕਰਨਾ ਕੀ ਹੈ ਇਹ ਸਾਬਣ ਦੇ ਨਾਲ ਮੈਂ ਆਪਣੇ ਪਿਆਰੇ ਪਾਕਿਸਤਾਨ ਦਾ ਪਾਕ ਪਰਚਮ ਧੋਵਾਂਗਾ ਉਹਦੇ ਤੇ ਲੱਗੇ ਬਦਲੁਮਾ ਦਾਗ ਧੋਵਾਂਗਾ ਜਿਹੜੇ ਲਾਏ ਨੇ ਦਹਿਸ਼ਤਗਰਦਾਂ ਨੇ ਮਨਸ਼ਾਤ ਫਰੋਸ਼ਾਂ ਨੇ ਰਿਸ਼ਵਤਖੋਰਾਂ ਨੇ ਉਹਨਾਂ ਮੁਸਲਮਾਨਾਂ ਨੇ ਜਿਹੜੇ ਇਮਾਮ ਬਾਰਗਾਹਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਦੂਸਰੇ ਮੁਸਲਮਾਨਾਂ ਨੂੰ ਕਤਲ ਕਰਦੇ ਇਹਨਾਂ ਨੂੰ ਕੀ ਪਤਾ ਕਿ ਅਸੀਂ ਇਹ ਪਾਕਿਸਤਾਨ ਕਿੰਨੀਆਂ ਮੁਸੀਬਤਾਂ ਦੇ ਨਾਲ ਲਿਆ ਸੀਨੇ ਦੇ ਵਿੱਚ ਬਲਮਾਂ ਟੁੱਟੀਆਂ ਕਲਮ ਹੋਏ ਸਿਰ ਕਲਮਾਂ ਟੁੱਟੀਆਂ ਇੱਜ਼ਤ ਦੀ ਇਸ ਟਾਹਣੀ ਨਾਲੋਂ ਅਜ਼ਰਾ ਬਾਨੋ ਸਲਮਾਂ ਟੁੱਟੀਆਂ ਤਾਂ ਜਾ ਕੇ ਇਹ ਮੌਕਾ ਬਣਿਆ ਪਾਕਿਸਤਾਨ ਕੋ ਸੌਖਾ ਬਣਿਆ ਹੋਰ ਗੱਲ ਇਹਨੂੰ ਲੰਮਿਆਂ ਕਰਕੇ ਇਹਦੀ ਡਿੱਗੀ ਤੇ ਛਿੱਤਰ ਮਾਰੋ ਅੱਲਾ ਦੀ ਸੌ ਮੇਰੀ ਆਪਣੀ ਕੁੰਡੀ ਹੈ ਯਾਰ ਉਹ ਤੈਨੂੰ ਮੁਜਰਮ ਦਾ ਕਿਹਾ ਸੀ ਤੂੰ ਢੋਲਾ ਲਾ ਫੜ ਲਿਆ ਇਹਨੂੰ ਤੇ ਲੈ ਹੀ ਜਾਓ ਯਾਰ ਕਿਸੇ ਹੋਇਆ ਤੇ ਅੱਡਾ ਲਾਉਂਦੀ ਹੈ ਕਹਿੰਦਾ ਠਹਿਰੋ ਮੈਂ ਇੱਕ ਮਿੰਟ ਘੁੰਡ ਚੁੱਕ ਲਾ ਅੱਲਾ ਮਾਫੀ ਪੁਲਿਸ ਵੀ ਕਿਸੇ ਨੇ ਕੱਚੀ ਕੱਚੀ ਤੋੜ ਲਈ ਹੈ ਉਹ ਹੋਇਆ ਕੀ ਭਾਈ ਮੇਰਾ ਕਸੂਰ ਕੀ ਹੈ ਓਏ ਉਹ ਮੈਨੂੰ ਤੇਰੇ ਤੇ ਸ਼ੱਕ ਹੈ ਈਸ਼ਾ ਕਿਹਾ ਤੈਨੂੰ ਤੂੰ ਮੈਨੂੰ ਦਿਲ 'ਚ ਗਾਲਾਂ ਕੱਢਣ ਡਿਆ ਉਹ ਤਾਂ ਸਾਰੇ ਹੀ ਕੱਢਦੇ ਆ ਫਿਰ ਸਾਰਿਆਂ ਨੂੰ ਫੜੋ ਤੂੰ ਚੱਕ ਤੂੰ ਚੱਕ 44 ਦਾ ਉਹ ਤਾਂ ਚੱਕ 44 ਦਾ ਹੋਣਾ ਕੋਈ ਜੁਰਮ ਆ ਉਹ ਤੇਰੀ ਭੈਣ ਨੇ ਪਿੰਡ ਦੋ ਬੰਦੇ ਕਤਲ ਕਰਾਤੇ ਨੇ ਆ ਜਾ ਤੇਰੀ ਭੈਣ ਨੇ ਦੋ ਬੰਦੇ ਕਤਲ ਕਰਾਤੇ ਨੇ ਇੱਕ ਦਾ ਕੀ ਹੁੰਦਾ ਭੈਣ ਨੂੰ ਤੂੰ ਸੁਣਿਆ ਗੱਲ ਨਹੀਂ ਯਾਰ ਆਪਣੀ ਭੈਣ ਨੂੰ ਕਹਿ ਦੇ ਕਿ ਜਾਏ ਅੰਦਰ ਹੁਣ ਚੱਲ ਉਹ ਮੇਰੀ ਬੋਲੀ ਤੇ ਲੰਘਣ ਦਿਓ ਕਸ਼ਮੀਰ ਆਉ ਤੁਹਾਨੂੰ ਪਤਾ ਪਤਾ ਕਿਉਂ ਨੀ ਪਤਾ ਆ ਗਏ ਇਹ ਤੇਰਾ ਪਿਓ ਖਲੋਤਾ ਨੀ ਕੋਈ ਹੈ ਪਿਓ ਮਾਂ ਦਾ ਨੀ ਹੁੰਦਾ ਪਿਓ ਹੁੰਦਾ ਹੀ ਬੱਚਿਆਂ ਦਾ ਸਮਝ ਆਈ ਨਹੀਂ ਮੈਂ ਸਮਝ ਗਿਆ
ਕੋਇਲ ਐਡੀ ਉੱਡਦੀ ਬਾਗਾਂ ਚ ਬੁਲਬੁਲ ਦੀ ਛੋਟੀ ਭੈਣ ਮਾਸ਼ਾਅੱਲਾ ਆਏ ਕਿੱਧਰ ਹੋਇਆ ਦੱਸੋ ਖਾਣਾ ਖਾਣਾ ਮੇਰੇ ਤੋਂ ਅੱਛਾ ਕਿਹਨੇ ਪਕਾਉਣਾ ਤੇ ਕਿਹਨੇ ਖਾਣਾ ਜੀ ਜੀ ਇਹੋ ਜਿਹੀ ਉਹਦੀ ਪਕਾਈ ਦੀ ਛੋਰੇ ਵਾਲੀ ਕਿਆ ਬਾਤ ਹੈ ਜੀ ਅਸੀਂ ਸਾਬਤ ਉਹਦੀ ਫੜ ਕੇ ਤੇ ਵੇਖ ਛੋਰਾ ਲੁੱਟ ਲੈਂਦੇ ਹਾਂ ਬੇਵਕੂਫ ਇਨਸਾਨ ਉਹਨੂੰ ਇਹ ਦੱਸ ਕੈਸਾ ਅਜੀਬ ਜੀ ਡਿਸ਼ ਦੱਸੇਗਾ ਹੋਰ ਕਿਹੜੀ ਹੁੰਦੀ ਹੈ ਛੋਰੇ ਵਾਲੀ ਉਹਦੀ ਛੋਰੇ ਵਾਲੀ ਹੁੰਦੀ ਉਹਨੂੰ ਦੱਸ ਕੇ ਇਹ ਜਿਹੜੇ ਵਟਸਐਪ ਨੇ ਦਾਲ ਚੌਲ ਕਿੱਡੀ ਅੱਛੀ ਪਕਾਉਂਦੇ ਐਸੇ ਇਹਨਾਂ ਦੇ ਘਰ ਦਾਲ ਚੌਲ ਪੱਕਦੀ ਕਿ ਅੱਬਾ ਇਹਨਾਂ ਦਾ ਸਾਰੀ ਜ਼ਿੰਦਗੀ ਇਹੀ ਗਾਉਂਦਾ ਰਿਹਾ ਬਿਨੇ ਤੜਕੇ ਦਾਲ ਪਕਾ ਲੈਣੀ ਐ ਨਹੀਂ ਪਾਣੀ ਖੁੱਲਾ ਡੁੱਲਾ ਉਹਦੇ ਵਿੱਚ ਪਾ ਲੈਣੀ ਥੋਮ ਨਾ ਦਰਕ ਥੋਮ ਨਾ ਦਰਕ ਫਿੱਟ ਦਾਲ ਪਕਾ ਬਾਅਦ ਤੜਕਾ ਅੱਛਾ ਲਾਇਆ ਤੂੰ ਹੈ ਦਾਲ ਚੌਲ ਨੂੰ ਜੀ ਇਹ ਮੇਰਾ ਮੈਨੇਜਰ ਹੈ ਬਹੁਤ ਅੱਛੇ ਚੱਕਰ ਤੇ ਤੁਸੀਂ ਖਾਣਾ ਸਿੱਖਣਾ ਹੈ ਖਾਣਾ ਸਿੱਖਣਾ ਹੈ ਜੀ ਖਾਣਾ ਆਲੂ ਕੋਫਤੇ ਪਸੰਦ ਨੇ ਤੁਹਾਨੂੰ ਜਾਂ ਮੱਛੀ ਮਸਾਲੇ ਵਾਲੀ ਜਾਂ ਛੋਲੇ ਛੋਰੇ ਵਾਲੇ ਕੋਈ ਕੋਈ ਕਿਹੜੀ ਚੀਜ਼ ਪਸੰਦ ਹੈ ਤੁਹਾਨੂੰ ਨਹੀਂ ਜੀ ਮੈਂ ਖਾਣਾ ਸਿੱਖਣਾ ਹੈ ਜੀ ਗਾਣਾ ਗਾਣਾ ਸਿੱਖਣਾ ਹੈ ਜੀ ਐ ਚੰਦ ਘਰੇ ਐ ਵੈਸੇ ਭਰੀਏ ਜੰਦ ਘਰੇ ਐ ਗਾਣਾ ਕਿੱਡਾ ਅੱਛਾ ਗਾਇਆ ਨੇ ਤੈਨੂੰ ਪਸੰਦ ਹੈ ਮੈਨੂੰ ਤੇ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਕਹਿੰਦੀ ਲੱਗਦਾ ਇੱਥੋਂ ਯਾਨੀ ਕਿ ਤੈਨੂੰ ਇਹ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਦੇਖੋ ਅਜੀਬ ਗੱਲ ਕਰ ਰਹੇ ਤੁਸੀਂ ਕਹਾਣੀ ਵੰਡ ਪਾਈ ਜਾਨੀ ਨੀ ਕਹਾਣੀ ਵੰਡ ਪਾਈ ਜਾਨੀ ਚੰਗਾ ਭਲਾ ਕਸ਼ਮੀਰੀ ਛੱਡ ਕੇ ਉਹ ਮਰਾਸੀ ਬਜਾਈ ਚੰਗੇ ਪੱਲੇ ਬੰਦੇ ਛੱਡ ਕੇ ਪੱਠੇ ਟੱਗਿਆਂ ਨੂੰ ਪਾਈ ਯਾਨੀ ਕਿ ਮੈਂ ਟੱਗਾ ਵਾਂ ਅਗਰ ਮੈਂ ਟੱਗਾ ਵਾਂ ਤੇ ਇਹ ਕੀ ਹੈ ਟੱਗੀ ਤੇ ਤੁਸੀਂ ਕੀ ਹੋ ਟੱਗੂ ਆਪ ਟੱਗੂ ਤੇ ਮੈਂ ਬੱਗੂ ਹੈ ਬੇਵਕੂਫ ਲੋਕ ਨੇ ਸਾਰੇ ਹੁਣ ਤਾਂ ਕੋਈ ਆ ਗਈ ਨਾ ਤੇ ਵੇਖੋ ਓਏ ਆ ਜਾ ਗਈ ਤੇ ਕੀ ਹੈ ਓਏ ਮੈਂ ਮਰ ਗਿਆ ਬਈ ਇਹ ਰੇ ਕੌਣ ਹੈ ਮੇਰੇ ਮਗਰ ਮੇਰਾ ਮਾਮਾ ਹੀ ਕੋਈ ਨੀ ਤੈਨੂੰ ਕਹਿੰਦਾ ਪਿਆਰ ਹੀ ਮੈਨੂੰ ਬਹੁਤ ਕੋਈ ਗੱਲ ਨੀ ਨੀ ਸੁਣੀਏ ਜੀਏ ਚਵਲ ਮਾਰੀਏ ਬੰਦਾ ਪੁੱਛੇ ਵੀ ਤੈਨੂੰ ਕੀ ਲੋੜ ਸੀ ਚਵਲ ਮਾਰਨ ਦੀ ਯਾਰ ਗੱਲ ਸੁਣ ਮੈਂ ਤੈਨੂੰ ਜਾਇਦਾਦ ਤੋਂ ਆ ਕੀਤਾ ਇੱਥੇ ਕਰਨਾ ਆ ਮੈਂ ਨਵਾਂ ਕਾਰੋਬਾਰ ਖੋਲਿਆ ਮੈਨੂੰ ਪਤਾ ਨੀ ਇਹੋ ਜਿਹੀ ਲੱਗ ਜਾਏਗੀ ਤੂੰ ਵੀ ਪਿਆਰ ਕਿਸੇ ਹੋਰ ਨਾ ਕਰਦਾ ਵਿਆਹ ਕਿਸੇ ਹੋਰ ਨਾ ਕਰਦਾ ਜਾਨੇ ਇਹ ਆਪਣਾ ਤੁਹਾਡਾ ਕੀ ਆਪਣਾ ਆ ਗਿਆ ਮੇਰਾ ਦੂਲਾ ਹਮੇਸ਼ਾ ਲੇਟ ਆਉਂਦਾ ਮਾਸ਼ਾਅੱਲਾ ਮੈਂ ਕਿਹਾ ਸਾਡਾ ਹਿੱਸਾ ਕਿੱਥੇ ਤੁਹਾਡਾ ਹਿੱਸਾ ਹੈ ਤੁਹਾਨੂੰ ਬਹੁਤਾ ਵੈਸੇ ਵੈਰੀ ਗੁੱਡ ਇਹ ਤੁਸੀਂ ਹੁਣ ਤੇਰੇ ਸਾਹਮਣੇ ਇਹਨਾਂ ਨਾਲ ਵਿਆਹ ਕਰਨਾ ਉਹਦੇ ਨਾਲ ਕਰਨਾ ਲਓ ਜੀ ਅੱਬਾ ਜੀ ਆ ਬੱਚੀ ਬਚ ਗਈ ਹੈ ਇਹਦੇ ਨਾਲ ਫਿਰ ਮੈਂ ਹੀ ਕਰ ਲੈਣਾ ਬੱਚੀ ਬਚ ਗਈ ਬੱਚੀ ਹੈ ਤੇ ਤੁਹਾਡੇ ਤੁਸੀਂ ਤੇ ਨਹੀਂ ਕਰ ਸਕਦੇ ਦੰਦੀਆਂ ਨਾ ਕੱਢੋ ਮੈਂ ਦੰਦ ਭੰਨ ਦੇ ਦੋਨਾਂ ਫਿਰ ਇਹਦੇ ਨਾਲ ਵਿਆਹ ਕਰੇਗਾ ਉਹ ਕਿਉਂ ਨਹੀਂ ਕਰਾਂਗਾ ਨਾ
ਉਹ ਕਰ ਲਾਂਗੇ ਅਸੀਂ ਸਭ ਤੋਂ ਪਹਿਲੇ ਹਾਏ ਸਰ ਜੀ ਕੀ ਹੈ ਕੀ ਕਮਰਾ ਦਿਓ